ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਵੀਡੀਓ ਹੁਣ ਤੱਕ ਦੀਪ ਬਾਈ ਨੇ ਦੇਖੀਆਂ ਨੇ, ਬਹੁਤ ਵੀਡੀਓ ਨੇ, ਹਜੇ ਕੁਛ ਕੁ ਪੈਂਡਿੰਗ ਵੀ ਨੇ। ਅਤੇ ਤੁਸੀਂ ਬਿਜ਼ਨਸ ਬਾਰੇ ਆਪਾਂ ਗੱਲਾਂ ਕੀਤੀਆਂ ਹੋਈਆਂ ਨੇ ਵੀ ਕਿੱਦਾਂ ਸਟਾਰਟ ਕਰੀਏ। ਬਹੁਤੇ ਫਿਰ ਅਸੀਂ ਇਹ ਵੀ ਕਿਹਾ ਸੀ ਵੀ ਐਕਸਪੋਰਟ ਜਿਹੜਾ ਆਪਣਾ ਇੰਪੋਰਟ ਐਕਸਪੋਰਟ ਹੁੰਦਾ, ਜਿਹੜਾ ਸਮਾਨ ਆਉਂਦਾ, ਸ਼ਿਪਿੰਗ ਕਿੱਦਾਂ ਆਉਂਦੀ ਹੁੰਦੀ ਹੈ, ਜੇ ਆਪਾਂ ਇਕੱਠਾ ਸਮਾਨ ਮੰਗਾਉਣਾ ਕਿਵੇਂ ਮੰਗਾਈਏ, ਹੈ ਨਾ। ਅਤੇ ਜੇ ਆਪਾਂ ਕੋਈ ਪ੍ਰੋਡਕਟ ਲੱਭਣਾ ਪਹਿਲਾਂ ਕਿਵੇਂ ਲੱਭੀਏ, ਉਹ ਵੀ ਆਹੀ ਕੰਟਰੀ ਤੋਂ ਆਪਾਂ ਇੱਥੋਂ ਮੰਗਾ ਸਕਦੇ ਹਾਂ, ਉਹਦੇ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਬਾਈ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਜੀ ਦਾ ਬਹੁਤ ਧੰਨਵਾਦ ਟਾਈਮ ਕੱਢਣ ਲਈ। ਬਾਈ ਜੀ ਆਪਾਂ ਅੱਜ ਗੱਲ ਕਰਾਂਗੇ ਜਿਹੜਾ ਆਪਾਂ ਜਿਹੜਾ ਸਮਾਨ ਮੰਗਾਉਣਾ, ਮਤਲਬ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ ਸਮਾਨ ਮੰਨ ਲਓ ਮੈਂ ਹਾਂ, ਨਾ। ਹਾਂਜੀ ਹਾਂਜੀ। ਮੈਂ ਕੁਰਸੀਆਂ ਮੰਗਾਉਣੀਆਂ ਇਕੱਠੀਆਂ ਕਿਸੇ ਹੋਰ ਕੰਟਰੀ ਤੋਂ, ਪਹਿਲਾਂ ਮੈਂ ਦੇਖੂੰ ਵੀ ਕਿੱਥੋਂ ਘੈਂਟ ਮਿਲਦੀਆਂ ਨੇ, ਇਹ ਚੀਜ਼ ਕਿਵੇਂ ਦੇਖਾਂਗੇ ਆਪਾਂ, ਕਿਹੜੀ ਐਪ ਨਾਲ। ਹਾਂਜੀ ਹਾਂਜੀ। ਵੈਸੇ ਤਾਂ ਵੀਰੇ ਐ ਬਿਜ਼ਨਸ ਦੋ ਤਰ੍ਹਾਂ ਦਾ ਹੁੰਦਾ, ਇੱਕ ਆਪਾਂ ਬੋਲਦੇ ਹਾਂ B2B। B2B ਦਾ ਮਤਲਬ ਹੁੰਦਾ ਹੈਗਾ, ਡਿਟੇਲ 'ਚ ਦੱਸੋ। ਹਾਂਜੀ ਹਾਂਜੀ, ਪੂਰੀ ਵੀਡੀਓ ਵਿੱਚ ਜੇ ਵੱਡੀ ਹੋ ਜਾਏ ਪਰ ਕੰਮ ਦੀ ਹੁੰਦੀ। ਇੱਕ ਹੁੰਦਾ B2B, ਇੱਕ ਹੁੰਦਾ B2C। ਫਰਜ਼ ਕਰੋ B2B ਦਾ ਮਤਲਬ ਹੈ ਵੀ ਤੁਸੀਂ ਮਾਸ ਪ੍ਰੋਡਕਟ ਖਰੀਦ ਰਹੇ ਹੋ, 1000 ਪੀਸ ਮੰਨ ਲਓ ਖਰੀਦਣੇ ਆ ਕਿਸੇ ਤੋਂ, ਤੁਸੀਂ ਖਰੀਦ ਰਹੇ ਹੋ, ਤੁਸੀਂ ਉਹਨੂੰ ਅੱਗੇ ਸੈੱਲ ਕਰਨਾ ਕਸਟਮਰ ਨੂੰ, ਜਿਹੜੇ ਬੰਦੇ ਤੋਂ ਤੁਸੀਂ ਖਰੀਦ ਰਹੇ ਹੋ ਉਹਨੂੰ ਆਪਾਂ ਬੋਲ ਦਾਂਗੇ B2B ਟ੍ਰਾਂਜੈਕਸ਼ਨ ਹੈ ਇਹ। ਜਦੋਂ ਤੁਸੀਂ ਉਹ ਅੱਗੇ ਕਸਟਮਰ ਨੂੰ ਵੇਚੋਗੇ, ਹਾਂ ਬਿਜ਼ਨਸ ਟੂ ਬਿਜ਼ਨਸ ਆ ਉਹ, ਠੀਕ ਹੈ ਜੀ। ਜਦੋਂ ਆਪਾਂ ਕਸਟਮਰ ਨੂੰ ਵੇਚਾਂਗੇ ਉਹਨੂੰ ਆਪਾਂ ਬੋਲ ਦਿੰਦੇ ਹਾਂ B2C। ਓਕੇ, ਇਹਦੇ ਵਿੱਚ ਆਪਾਂ ਹੁਣ ਅੱਜ ਗੱਲਬਾਤ ਕਰਾਂਗੇ ਜਿੰਨੀ ਵੀ ਉਹ B2B ਦੀ ਕਰਾਂਗੇ, ਬਿਜ਼ਨਸ ਟੂ ਬਿਜ਼ਨਸ। ਆਪਾਂ ਵੇਚਣ ਦੀ ਉਹ 'ਚ ਕੋਈ ਗੱਲ ਨਹੀਂ ਕਰਨੀ, ਆਪਾਂ ਸਿਰਫ ਇਹ ਗੱਲ ਕਰਾਂਗੇ ਵੀ ਖਰੀਦਣੇ ਕਿਵੇਂ ਆ ਅਤੇ ਉਹਨੂੰ ਮੰਗਾਉਣਾ ਕਿਵੇਂ ਆ। ਹਾਂਜੀ ਹਾਂਜੀ, ਆਪਾਂ ਇਹ ਗੱਲ ਕਰਾਂਗੇ। ਹਾਂਜੀ, ਹੁਣ ਜਿਵੇਂ ਤੁਸੀਂ ਕਿਹਾ ਵੀ ਕੁਰਸੀਆਂ ਨੇ, ਹੈ ਨਾ, ਵੀ ਫਰਜ਼ ਕਰੋ ਵੀ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈਗਾ ਵੀ ਕੀ ਮੈਂ ਪ੍ਰੋਡਕਟ ਵੇਚ ਸਕਦਾ। ਜਿਵੇਂ ਤੁਸੀਂ ਆਪਦਾ ਫੀਲਡ ਦੇਖੋ, ਇਹ 'ਚ ਕਦੇ ਵੀ ਕਿਸੇ ਨੂੰ ਕਾਪੀ ਨਾ ਮਾਰੋ। ਹਾਂਜੀ ਹਾਂਜੀ। ਵੀ ਜਿਵੇਂ ਹੁਣ ਆਪਾਂ ਕੀ ਕਰਦੇ ਹਾਂ, ਇੱਕ ਬੰਦਾ ਕੋਈ ਚੀਜ਼ ਵੇਚੀ ਜਾਂਦਾ, ਹੈ ਨਾ, ਆਪਾਂ ਨੂੰ ਉਡਾੜਾ ਉਹਦਾ ਕੁਛ ਨਹੀਂ ਪਤਾ, ਆਪਾਂ ਸਿਰਫ ਇਹ ਦੇਖਦੇ ਹਾਂ ਵੀ ਯਾਰ ਜਿਵੇਂ ਕੋਈ ਦੁਕਾਨ ਆ, ਹੈ ਨਾ, ਵੀ ਆਹ ਦੁਕਾਨ ਯਾਰ ਬਹੁਤ ਜ਼ਿਆਦਾ ਚੱਲੀ ਜਾਂਦੀ ਹੈ, ਮੰਨ ਲਓ ਮਿਠਾਈ ਦੀ ਦੁਕਾਨ ਹੈ, ਬਟ ਆਪਾਂ ਨੂੰ ਚਲਾਉਣੀ ਨਹੀਂ ਆਉਂਦੀ, ਆਪਾਂ ਸਿਰਫ ਭੀੜ ਦੇਖ ਕੇ ਆਪਾਂ ਕਹਿ ਦਿੰਦੇ ਹਾਂ ਮੈਂ ਵੀ ਇਹੀ ਕੰਮ ਕਰਨਾ, ਹੈ ਨਾ, ਉੱਦਾਂ ਨਾ ਕੰਮ ਕਰੋ। ਆਪਦੇ ਫੀਲਡ ਦੇ ਵਿੱਚ ਹੀ ਦੇਖੋ ਵੀ ਤੁਸੀਂ ਕਿਹੜਾ ਬਿਜ਼ਨਸ ਕਰ ਸਕਦੇ ਹੋ ਜੇ ਤੁਸੀਂ ਕਾਮਯਾਬ ਹੋਣਾ ਤਾਂ। ਓਕੇ। ਅਤੇ ਹੁਣ ਫਰਜ਼ ਕਰੋ ਤੁਸੀਂ ਕੁਰਸੀਆਂ ਦੀ ਗੱਲ ਕੀਤੀ ਆ, ਵੀ ਜੇ ਆਪਾਂ ਕੁਰਸੀਆਂ ਮੰਗਾਉਣੀਆਂ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਵੀ ਵਰਲਡ ਵਾਈਡ ਵੀ ਕੁਰਸੀਆਂ ਜਿੱਦਾਂ ਦੀਆਂ ਤੁਸੀਂ ਚਾਹੁੰਦੇ ਹੋ ਵੀ ਉਹ ਵਧੀਆ ਕਿੱਥੇ ਬਣਦੀਆਂ ਨੇ। ਅੱਜ ਕੱਲ੍ਹ ਗੂਗਲ ਦਾ ਜ਼ਮਾਨਾ, ਗੂਗਲ ਕਰੋ ਤੁਸੀਂ, 5-10 ਦਿਨ 15 ਦਿਨ ਲਾਓ ਤੁਸੀਂ, ਹੈ ਨਾ, ਪੂਰਾ 15, ਹਾਂ 15 ਦਿਨਾਂ 'ਚ ਰਿਸਰਚ ਕਰੋ, ਤੁਹਾਨੂੰ ਹੈ ਨਾ, ਤੁਹਾਨੂੰ ਆਈਡੀਆ ਉਹ ਗੱਲ ਕਰੋ ਜਿੰਨੇ ਵੀ ਜੋ ਵੀ ਇਹਦੇ ਸਪਲਾਇਰ ਨੇ ਕੁਰਸੀਆਂ ਤਿਆਰ ਕਰਦੇ ਨੇ ਉਹਨਾਂ ਨੂੰ ਕਹੋ ਵੀ ਸਾਨੂੰ ਪਿਕਚਰਸ ਭੇਜ। ਹਰ ਬਿਜ਼ਨਸ ਦਾ ਇੱਕ ਕੈਟਾਲੋਗ ਹੁੰਦਾ, ਜਿਵੇਂ ਆਪਾਂ ਕਾਲਜ 'ਚ ਐਡਮਿਸ਼ਨ ਕਰਾਉਣਾ ਜਾਂ ਸਕੂਲ 'ਚ ਕਰਾਉਣਾ, ਇੱਕ ਪ੍ਰੋਸਪੈਕਟਸ ਲੈ ਕੇ ਆਉਂਦੇ ਆਪਾਂ, ਹੈ ਨਾ, ਜਿਵੇਂ ਸਕੂਲ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਵੀ ਕਿੱਦਾਂ ਦਾ ਕਲਾਸਰੂਮ ਹੈ, ਉੱਦਾਂ ਜਿੰਨੇ ਵੀ ਮੈਨੂਫੈਕਚਰਰ ਹੁੰਦੇ ਨੇ ਉਹਨਾਂ ਨੇ ਇੱਕ ਕੈਟਾਲੋਗ ਬਣਾਇਆ ਹੁੰਦਾ ਆਪਦਾ, ਉਹਨੂੰ ਤੁਸੀਂ ਮੰਗਾਓ ਈਮੇਲ, ਹੈ ਨਾ, ਚੈੱਕ ਕਰੋ, ਤੁਹਾਨੂੰ ਰੇਟ ਦੱਸਣਗੇ, ਉਹ ਹੋਲਸੇਲ ਪ੍ਰਾਈਸ ਤੁਹਾਨੂੰ ਪਤਾ ਬਹੁਤ ਘੱਟ ਹੁੰਦਾ ਕਿਸੇ ਵੀ ਚੀਜ਼ ਦਾ। ਫਿਰ ਜੇ ਤਾਂ ਤੁਸੀਂ ਇਹ ਕਰ ਸਕਦੇ ਹੋ ਰਿਸਰਚ, ਬਹੁਤ ਵਧੀਆ, ਅਦਰਵਾਈਜ਼ ਜੇ ਤੁਹਾਨੂੰ ਐਂ ਲੱਗਦਾ ਵੀ ਯਾਰ ਮੈਨੂੰ ਤਾਂ ਲੱਭ ਹੀ ਨਹੀਂ ਰਿਹਾ ਪ੍ਰੋਡਕਟ, ਹੈ ਨਾ, ਫਿਰ ਤੁਸੀਂ ਸੋਰਸਿੰਗ ਏਜੰਟ ਹਾਇਰ ਕਰ ਸਕਦੇ ਹੋ। ਸੋਰਸਿੰਗ ਏਜੰਟ ਹੁੰਦੇ ਨੇ, ਜਿਵੇਂ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਵੀ ਕੰਟਰੀ 'ਚੋਂ ਤੁਸੀਂ ਮਾਲ ਮੰਗਾਉਣਾ, ਤੁਸੀਂ ਉਹ ਕੰਟਰੀ ਦੇ ਵਿੱਚ ਗੂਗਲ 'ਤੇ ਸਰਚ ਮਾਰੋ ਜਾਂ ਅਲੀਬਾਬਾ 'ਤੇ ਸਰਚ ਕਰ ਲਓ, ਜਿੰਨੀਆਂ ਵੀ B2B ਬਹੁਤ ਜ਼ਿਆਦਾ ਐਪਲੀਕੇਸ਼ਨ ਜਾਂ ਵੈਬਸਾਈਟ ਨੇ, ਹੈ ਨਾ, ਉਹ 'ਚ ਤੁਸੀਂ ਸੋਰਸਿੰਗ ਏਜੰਟ ਲੱਭੋ। ਸੋਰਸਿੰਗ ਏਜੰਟ ਨੂੰ ਫਿਰ ਤੁਸੀਂ ਪੁੱਛੋ ਵੀ ਤੇਰੀ ਸਪੈਸ਼ਲਾਈਜੇਸ਼ਨ ਵੀ ਕਿਹੜੇ ਫੀਲਡ 'ਚ ਹੈ। ਹਰ ਫੀਲਡ ਦੇ ਸੋਰਸਿੰਗ ਏਜੰਟ ਹੈਗੇ ਨੇ, ਜਿਵੇਂ ਆਪਾਂ ਇੰਡੀਆ 'ਚ ਦਲਾਲ ਕਹਿ ਦਿੰਦੇ ਹਾਂ, ਹੈ ਨਾ ਜੀ, ਜਿਵੇਂ ਹੁਣ ਇੱਕ ਜੇ ਤੁਸੀਂ ਆਪਦੇ ਮੁੰਡੇ ਨੂੰ ਰਿਸ਼ਤਾ ਕਰਾਉਣਾ ਜਾਂ ਕੁੜੀ ਨੂੰ, ਆਪਾਂ ਉਹ ਰਿਸ਼ਤੇ ਵਾਲੇ ਬੰਦੇ ਕੋਲ ਜਾਂਦੇ ਹਾਂ, ਹੈ ਨਾ, ਉਹ ਵੀ ਇੱਕ ਹਿਸਾਬ ਦਾ ਸੋਰਸਿੰਗ ਏਜੰਟ ਆਪਾਂ ਕਹਿ ਸਕਦੇ ਹਾਂ। ਤੁਸੀਂ ਉਸੇ ਤਰੀਕੇ ਨਾਲ ਅਲੀਬਾਬਾ ਇੱਕ ਐਪ ਹੁੰਦੀ ਹੈ ਨਾ, ਜਿੱਦਾਂ ਮੈਂ ਤਾਂ ਮੈਨੂੰ ਵੀ ਨਹੀਂ ਪਤਾ ਸੀ, ਬਾਈ ਨਹੀਂ ਦੱਸਿਆ ਸੀ ਮੈਨੂੰ ਪਹਿਲੀ ਵਾਰੀ, ਮੈਨੂੰ ਤਾਂ ਪਤਾ ਹੀ ਨਹੀਂ ਸੀ ਉਹਦੇ ਵਿੱਚ ਕੈਟਾਗਰੀ ਹੁੰਦੀ ਹੈ। ਹਾਂਜੀ ਵੀਰੇ, ਅਲੀਬਾਬਾ ਬਹੁਤ ਪੁਰਾਣੀ ਐਪਲੀਕੇਸ਼ਨ ਹੈ, ਬੇਸਿਕਲੀ ਐਮਾਜ਼ੋਨ ਵੀ ਇਹ ਕਹਿ ਸਕਦੇ ਹੋ ਵੀ ਅਲੀਬਾਬਾ ਨੂੰ ਦੇਖ ਕੇ ਹੀ ਐਮਾਜ਼ੋਨ ਵੈਬਸਾਈਟ ਬਣੀ ਹੈ। ਐਮਾਜ਼ੋਨ ਦਾ ਆਇਆ ਵੀ ਐਮਾਜ਼ੋਨ ਬੇਸਿਕਲੀ ਫੇਮਸ ਤਾਂ ਕਰਕੇ ਕਿਉਂਕਿ ਜਿਹੜੀ ਇਹਨਾਂ ਦੀ ਡਿਸਟ੍ਰੀਬਿਊਸ਼ਨ ਉਹ ਬਹੁਤ ਜ਼ਿਆਦਾ ਹੋਇਆ, ਮਤਲਬ ਇਹਨਾਂ ਨੇ ਤਰੱਕੀ ਜਿਹੜੀ ਕੀਤੀ ਹੈ ਡਿਸਟ੍ਰੀਬਿਊਸ਼ਨ 'ਚ ਕੀਤੀ ਹੈ। ਬੇਸਿਕਲੀ ਐਮਾਜ਼ੋਨ ਜਿਵੇਂ UPS ਆ ਉੱਦਾਂ ਹੀ ਐਮਾਜ਼ੋਨ ਹੈ, ਥੋੜ੍ਹਾ ਜਿਹਾ ਉਹਦਾ ਅਪਗ੍ਰੇਡਡ ਵਰਜ਼ਨ ਹੈ ਵੀ ਇਹਨਾਂ ਦੀ ਸ਼ਿਪਿੰਗ ਬਹੁਤ ਫਾਸਟ ਹੈ, ਹੁਣ 24 ਘੰਟੇ ਸ਼ਿਪਿੰਗ ਹੋ ਜਾਂਦੀ ਹੈ, ਹੈ ਨਾ। ਓਕੇ, ਅਲੀਬਾਬਾ ਦੇ ਵਿੱਚ ਕੀ ਆ, ਸਾਰੇ ਬਿਜ਼ਨਸਮੈਨ ਬੈਠੇ ਨੇ। ਹੁਣ ਫਰਜ਼ ਕਰੋ ਮੈਂ ਕੋਈ ਪ੍ਰੋਡਕਟ ਤਿਆਰ ਕਰਦਾ, ਮੈਂ ਉਹ 'ਚ ਆਪਦੀ ਪ੍ਰੋਫਾਈਲ ਬਣਾ ਦੇਣੀ ਆ ਵੀ ਮੈਂ ਆਹ ਸਮਾਨ ਬਣਾ ਰਿਹਾ, ਹੈ ਨਾ, ਉੱਥੇ ਤੁਹਾਨੂੰ ਸੋਰਸਿੰਗ ਏਜੰਟ ਵੀ ਮਿਲ ਸਕਦਾ। ਓਕੇ, ਉੱਥੇ ਲੱਭਣਾ। ਹਾਂਜੀ, ਜੇ ਤੁਸੀਂ ਇੰਡੀਆ 'ਚੋਂ ਕਰਾਉਣਾ, ਹਰ ਕੰਟਰੀ ਦੀ ਹੁੰਦੀ ਹੈ, ਅਲੀਬਾਬਾ 'ਚ ਮੇਨਲੀ ਚਾਈਨਾ ਦਾ ਕੰਮ ਹੈ, ਜੇ ਤੁਸੀਂ ਇੰਡੀਆ 'ਚ ਕੰਮ ਕਰਦੇ ਹੋ ਤਾਂ ਇੰਡੀਆ ਮਾਰਟ ਹੈਗੀ ਇੱਕ ਐਪਲੀਕੇਸ਼ਨ ਵੈਬਸਾਈਟ ਆ, ਹਾਂ, ਜਿੰਨੀਆਂ ਵੀ ਕੰਟਰੀਆਂ ਨੇ ਹਰ ਕੰਟਰੀ ਦੀਆਂ ਇੱਦਾਂ ਦੀਆਂ ਐਪਲੀਕੇਸ਼ਨਸ ਨੇ। ਓਕੇ ਜੀ, ਤੁਸੀਂ ਸੋਰਸਿੰਗ ਏਜੰਟ ਲੱਭ ਲਓ, ਸੋਰਸਿੰਗ ਏਜੰਟ ਨੂੰ ਤੁਸੀਂ
ਸੋਰਸਿੰਗ ਏਜੰਟ ਉਹ ਸੇਮ ਚੀਜ਼ ਤੁਹਾਨੂੰ $4.5 ਚ ਜਾਂ $4 ਚ ਵੀ ਲੱਭ ਕੇ ਦੇ ਸਕਦਾ। ਕਹਿੰਦਾ ਮਤਲਬ ਜਿੰਨਾ ਤੁਸੀਂ ਉਹਨੂੰ ਕਮਿਸ਼ਨ ਦੇਣਾ ਉਦੋਂ ਵੱਧ ਤੁਹਾਡਾ ਫਾਇਦਾ ਕਰਾ ਦਿੰਦਾ। ਕਦੇ ਵੀ ਹਾਂ ਰਿਸਕ ਨਾ ਲਓ ਵੀ ਸਿੱਧਾ ਉੱਥੇ ਫੋਨ ਕਰਕੇ ਵੀ ਅਸੀਂ ਪਹਿਲਾਂ ਸਮਾਨ ਮੰਗਾਈਏ, ਸਮਾਨ ਗਲਤ ਵੀ ਆ ਸਕਦਾ ਹੈ ਨਾ। ਹਮੇਸ਼ਾ ਸੋਰਸਿੰਗ ਏਜੰਟ ਦੀ ਹੈਲਪ ਲਓ, ਉਹ ਤੁਹਾਨੂੰ ਪਿਕਚਰਸ ਭੇਜੂਗਾ। ਹੋ ਸਕਦਾ ਹੋਣ ਦਾ ਚਾਂਸ ਤਾਂ ਨਹੀਂ ਏਜੰਟ ਦੇ ਥਰੂ ਜਾਂ ਨਹੀਂ ਵੀਰੇ, ਫਰਾਡ ਹੋਣ ਦੇ ਆਏ ਹੁੰਦੇ ਆ ਨਾ। ਕੋਈ ਵੀ ਕਿਸੇ ਨੂੰ ਤੁਸੀਂ ਬਾਹਲਾ ਵੱਡਾ ਆਰਡਰ ਨਾ ਕਰੋ, ਪਹਿਲਾਂ ਸੈਂਪਲ ਮੰਗਾਓ ਹੈ ਨਾ। ਕਾਹਲੀ ਨਾ ਕਰੋ ਇਹ ਕੰਮ 'ਚ, ਜੇ ਤੁਸੀਂ ਕਾਹਲੀ ਕਰੋਗੇ ਕਾਹਲੀ ਅੱਗੇ ਟੋਈ ਟੋਏ ਨੇ ਹੈ ਨਾ। ਪਹਿਲਾਂ ਤੁਸੀਂ ਸੈਂਪਲ ਮੰਗਾਓ। ਕਹਿੰਦਾ ਮੈਂ ਕੋਈ ਵੀ ਕੰਮ ਸ਼ੁਰੂ ਕਰਨਾ 6 ਮਹੀਨੇ ਤੋਂ 1 ਸਾਲ ਲੱਗ ਜਾਂਦਾ ਜੇ ਤੁਸੀਂ ਵਧੀਆ ਕੰਮ ਕਰਨਾ ਕੋਈ ਹੈ ਨਾ। ਛੋਟਾ ਮੋਟਾ ਪ੍ਰੋਡਕਟ ਮੰਗਾਉਣਾ ਤਾਂ ਤੁਸੀਂ ਸਿੱਧਾ ਹੀ ਮੰਗਾ ਸਕਦੇ। ਚਲੋ ਜੀ, ਮਿੰਟੂ ਸਮਾਗ ਨੇ ਜੀ ਕੁਰਸੀਆਂ ਮੰਗਾਈਆਂ, 10 ਕੁਰਸੀਆਂ ਦਾ ਆਰਡਰ ਦਿੱਤਾ, ਏਜੰਟ ਲੱਭ ਲਿਆ, ਏਜੰਟ ਲੱਭ ਲਿਆ ਜੀ। ਕੁਰਸੀ ਤਾਂ ਕਿਉਂਕਿ ਸਾਡੇ ਸਾਹਮਣੇ ਕੁਰਸੀ ਪਈ ਹੈ। ਤੁਸੀਂ ਬੂਟ ਮੰਗਾਉਣੇ, ਕੁਛ ਵੀ ਮੰਗਾ ਸਕਦੇ, ਫੋਰ ਐਗਜ਼ਾਮਪਲ ਤੁਹਾਡਾ ਜੋ ਵੀ ਪੈੱਨ ਮੰਗਾਉਣੇ ਆ, ਕੱਪੜੇ, ਕੁਛ ਵੀ, ਵਟ ਐਵਰ ਹੈ ਨਾ। ਤੁਸੀਂ ਉੱਥੇ ਏਜੰਟ ਮੈਂ ਲੱਭ ਲਿਆ ਜੀ, ਏਜੰਟ ਮੈਨੂੰ ਮਿਲ ਗਿਆ, ਉਹ ਤੋਂ ਮੈਂ ਸਮਾਨ ਦੇਖਿਆ ਵੀ ਹਾਂ ਗੁੱਡ ਆ। ਉਹ ਤੋਂ ਬਾਅਦ ਅਗਲਾ ਪ੍ਰੋਸੈਸ ਜਦੋਂ ਵੀਰੇ ਤੁਸੀਂ ਸਮਾਨ ਫਰਜ਼ ਕਰੋ, ਤੁਹਾਨੂੰ ਉਹ ਮਿਲ ਗਿਆ ਹੈ ਨਾ, ਤੁਸੀਂ ਪੇਮੈਂਟ ਕਰਤੀ, ਇਹਦੇ ਵਿੱਚ ਜਿੰਨੀਆਂ ਵੀ ਟ੍ਰਾਂਜੈਕਸ਼ਨ ਹੁੰਦੀਆਂ ਇੰਟਰਨੈਸ਼ਨਲ ਉਹ $US ਦੇ ਵਿੱਚ ਹੁੰਦੀਆਂ ਨੇ। ਓਕੇ ਜੀ, ਠੀਕ ਹੈ ਜੀ। ਤੁਸੀਂ ਵਾਇਰ ਟ੍ਰਾਂਸਫਰ ਕਰ ਸਕਦੇ ਹੋ। ਓਕੇ ਹੈ ਨਾ, ਜਦੋਂ ਤੁਹਾਡੀ ਬਿਜ਼ਨਸ 'ਚ ਇੰਨਾ ਕੁ ਤੁਹਾਨੂੰ ਰਿਸਕ ਲੈਣਾ ਪਊਗਾ ਜਦੋਂ ਤੁਸੀਂ ਕੰਮ ਸ਼ੁਰੂ ਕਰਨਾ ਹੈ ਨਾ। ਤੁਸੀਂ ਸੈਂਪਲ ਮੰਗਾਉਣਾ $500-1,000 ਦੀ, ਇੰਨਾ ਕੁ ਦਾ ਰਿਸਕ ਬੰਦਾ ਲੈ ਹੀ ਲੈਂਦਾ ਹੈ ਨਾ। ਬਿਲਕੁਲ, ਤੁਸੀਂ ਵਾਇਰ ਟ੍ਰਾਂਸਫਰ ਉਹਨੂੰ US ਦੇ ਵਿੱਚ ਕਰਨਾ। ਹਾਂਜੀ, ਉਦੋਂ ਮੁੜ ਕੇ ਉਹਨੇ ਤੁਹਾਨੂੰ ਪੁੱਛਣਾ ਗਾ ਜਦੋਂ ਵੀ ਤੁਸੀਂ ਸਮਾਨ ਲੈਂਦੇ ਹੋ ਵੀ ਤੁਹਾਡੀਆਂ ਸ਼ਿਪਿੰਗ ਟਰਮਸ ਕੀ ਨੇ। ਇੱਕ ਹੁੰਦੀ ਹੈ FOB, ਕਹਿਣ ਜੇ ਆਪਾਂ ਦੇਸੀ ਲੈਂਗੁਏਜ ਮੈਂ ਤੁਹਾਨੂੰ ਦੱਸ ਰਿਹਾ ਹੈ ਨਾ, ਇੱਕ ਤਾਂ EX, ਇੱਕ ਤਾਂ ਹੁੰਦੀ ਹੈਗੀ ਵੀ ਅਗਲਾ ਕਹਿ ਦੂਗਾ ਵੀ ਮੈਂ ਕੁਰਸੀਆਂ ਤਿਆਰ ਕਰ ਦੂੰਗਾ ਵੀ ਤੁਹਾਡੇ ਬੰਦੇ ਨੇ ਮੇਰੇ ਉਹ ਫੈਕਟਰੀ 'ਚੋਂ ਚੱਕਣੀਆਂ ਕੁਰਸੀਆਂ ਹੈ ਨਾ, ਮੇਰੀ ਜ਼ਿੰਮੇਵਾਰੀ ਖਤਮ, ਉਹ ਮੈਨੂਫੈਕਚਰਰ ਕਹੂਗਾ। ਜਾਂ ਤੁਸੀਂ ਮੈਨੂਫੈਕਚਰਰ ਨੂੰ ਕਹਿ ਸਕਦੇ ਹੋ ਕਿਉਂਕਿ ਹੁਣ ਦੂਜੀ ਕੰਟਰੀ 'ਚ ਤਾਂ ਤੁਹਾਡਾ ਬੰਦਾ ਉੱਥੇ ਹੈ ਨੀਗਾ, ਵੀ ਭਾਈ ਜਿਹੜਾ ਵੀ ਨੀਅਰੈਸਟ ਪੋਰਟ ਲੱਗਦਾ ਵੀ ਉਹ ਪੋਰਟ ਤੱਕ ਤੂੰ ਸਮਾਨ ਭੇਜ ਦੀ, ਮੈਂ ਤੈਨੂੰ ਪੈਸੇ ਦੂੰਗਾ ਸ਼ਿਪਿੰਗ ਦੇ ਵੀ ਨਾਲ। ਉਦੋਂ ਅੱਗੇ ਜਿਹੜਾ ਤੁਸੀਂ ਸ਼ਿਪਿੰਗ ਏਜੰਟ ਹਾਇਰ ਕਰੋਗੇ ਉਹਦੀ ਜ਼ਿੰਮੇਵਾਰੀ ਹੁੰਦੀ ਆ। ਓਕੇ, ਹਾਂ ਓਕੇ, ਇੱਕ ਤੋਂ ਬਾਅਦ ਇੱਕ ਤੋਂ ਬਾਅਦ ਚੱਲੀ ਜਾਂਦਾ। ਹਾਂਜੀ ਹਾਂਜੀ, ਇਹਦੇ ਵਿੱਚ ਬਹੁਤ ਮਤਲਬ ਕਾਫੀ ਬੰਦਿਆਂ ਨਾਲ ਤੁਹਾਨੂੰ ਡੀਲ ਕਰਨਾ ਪੈਂਦਾ। ਹੁਣ ਜਿਹੜੀ ਸ਼ਿਪਿੰਗ ਆ, ਜਦੋਂ ਤੁਸੀਂ ਸੈਂਪਲ ਸੂੰਪਲ ਮੰਗਾਉਣੇ ਆ ਕਿਸੇ ਵੀ ਚੀਜ਼ ਦੇ, ਤੁਸੀਂ ਬਾਈ ਏਅਰ ਮੰਗਾ ਸਕਦੇ ਹੋ ਕਿਉਂਕਿ ਉਹ 5-4 ਦਿਨ 'ਚ ਆ ਜਾਂਦੇ ਨੇ ਹੈ ਨਾ। ਪਰ ਐਕਸਪੈਂਸਿਵ ਵੀ ਹੋਊ ਉਹ, 10-15 ਗੁਣਾ ਐਕਸਪੈਂਸਿਵ ਹੁੰਦੀ ਆ ਉਹ। ਬਟ ਉਹਦੇ ਵਿੱਚ ਆਏ ਆ ਵੀ ਕਿਉਂਕਿ ਜਦੋਂ ਤੁਸੀਂ ਪ੍ਰੋਡਕਟ ਰਿਸਰਚ ਕਰਦੇ ਹੋ ਉਦੋਂ ਤੁਸੀਂ ਬਾਈ ਏਅਰ ਮੰਗਾਓ ਸਮਾਨ, ਕਿਉਂਕਿ ਤੁਹਾਡਾ ਟਾਈਮ ਸੇਵ ਹੁੰਦਾ ਗਾ। ਇੱਕ ਵਾਰੀ ਉਹ ਜਿਹੜੀ ਬਾਈ ਏਅਰ ਹੁੰਦੀ ਆ ਉਹ ਜਿੱਥੋਂ ਤੁਸੀਂ ਸਮਾਨ ਤਿਆਰ ਕਰਾਉਂਦੇ ਹੋ, ਕਿਉਂਕਿ ਉਹ ਸਾਰੀ ਦੁਨੀਆਂ 'ਚ ਭੇਜਦੇ ਨੇ ਸਮਾਨ, ਉਹ ਤੁਹਾਨੂੰ ਆਪਣੇ ਆਪ ਹੀ ਭੇਜ ਦਿੰਦੇ ਨੇ। ਉਦੋਂ ਬਾਅਦ 'ਚ ਜਦੋਂ ਤੁਸੀਂ ਮਾਸ ਆਰਡਰ ਕਰਨਾ $20,000 ਦਾ, $50,000 ਦਾ, ਫਿਰ ਤੁਸੀਂ ਕੀ ਕਰਦੇ ਹੋ, ਫਿਰ ਤੁਸੀਂ ਸੀ ਸ਼ਿਪਿੰਗ ਯੂਜ਼ ਕਰਦੇ ਹੋ। ਉਹਦਾ ਰੀਜ਼ਨ ਇਹ ਆ, ਸੀ ਸ਼ਿਪਿੰਗ ਬਹੁਤ ਜ਼ਿਆਦਾ ਸਸਤੀ ਹੁੰਦੀ ਆ, 5-10% ਤੁਹਾਡੇ ਪ੍ਰੋਡਕਟ ਦੀ ਜਿਹੜੀ ਕੋਸਟ ਦੇ ਵਿੱਚ ਹੀ ਕਵਰ ਹੋ ਜਾਂਦੀ ਆ ਉਹ। ਸੀ ਸ਼ਿਪਿੰਗ ਦੇ ਵਿੱਚ ਤੁਸੀਂ ਕੀ ਕਰਨਾ, ਉੱਥੇ ਇੱਕ ਏਜੰਟ ਲੱਭਣਾ ਜਿਹੜਾ ਤੁਹਾਡੇ ਬਿਹਾਫ 'ਤੇ ਕੋਈ ਵੈਸਲ ਬੁੱਕ ਕਰੂਗਾ ਜੇ ਤੁਹਾਡਾ ਬਹੁਤ ਜ਼ਿਆਦਾ ਸਮਾਨ ਹੈ। ਵੈਸਲ ਬੋਲਦੇ ਹਾਂ ਆਪਾਂ ਕੰਟੇਨਰ ਨੂੰ, ਕੰਟੇਨਰ, ਹਾਂ, ਜਿੰਨੀ ਵੀ ਸੀ ਸ਼ਿਪਿੰਗ ਹੁੰਦੀ ਹੈ 20 ਫੁੱਟ ਜਾਂ 40 ਫੁੱਟ ਕੰਟੇਨਰ 'ਚ ਹੁੰਦੀ ਆ। ਓਕੇ ਜੀ, ਤੁਸੀਂ ਉੱਥੇ ਇੱਕ ਸ਼ਿਪਿੰਗ ਏਜੰਟ ਹਾਇਰ ਕਰੋਗੇ, ਉਹ ਤੁਹਾਨੂੰ ਰੇਟ ਦੇ ਦੂਗਾ ਇੱਕ ਵੀ ਪਰ CBM, ਜੇ ਤਾਂ ਤੁਹਾਡੀ ਹੈਗੀ ਆ ਕੰਟੇਨਰ ਤੋਂ ਘੱਟ ਆ ਲੋਡ, CBM ਬੋਲਦੇ ਹਾਂ ਆਪਾਂ, ਇੱਕ ਮੰਨ ਲਓ ਜਿਹੜਾ 20 ਫੁੱਟ ਦਾ ਕੰਟੇਨਰ ਆ ਫਰਜ਼ ਕਰੋ ਉਹਦੀ 25 CBM ਕੁਆਂਟਿਟੀ ਹੈ, ਮਾਲ ਤੁਹਾਡਾ ਹੈਗਾ 5 CBM ਹੀ ਹੈ ਨਾ, ਤਾਂ ਤੁਸੀਂ ਤੁਹਾਡੇ ਸ਼ਿਪਿੰਗ ਏਜੰਟ ਨੂੰ ਕਹਿਣਾ ਵੀ ਮੇਰੇ ਕੋਲ 5 CBM ਮਾਲ ਆ, ਉਹਨੇ ਤੁਹਾਨੂੰ ਇੱਕ ਕੋਟ ਦੇ ਦੇਣਾ ਵੀ ਤੁਹਾਡੇ, ਉਹਨੇ ਤੁਹਾਨੂੰ ਪੁੱਛਣਾ ਹੈਗਾ ਵੀ ਕੀ ਇਹ ਤੂੰ ਆਪਦੇ ਘਰ ਡਿਲੀਵਰੀ ਚਾਹੁੰਦਾ ਜਾਂ ਵੀ ਜਿਹੜੀ ਤੂੰ ਕੰਟਰੀ 'ਚ ਰਹਿੰਦਾ ਵੀ ਮੈਂ ਉਹ ਪੋਰਟ ਤੱਕ ਮਾਲ ਤਾਰਨਾ, ਉਦੋਂ ਅੱਗੇ ਵੀ ਤੇਰੀ ਜ਼ਿੰਮੇਵਾਰੀ ਹੋਊਗੀ। ਓਕੇ, ਤਾਂ ਤੁਸੀਂ, ਹਾਂ, ਤੁਸੀਂ ਕੋਸ਼ਿਸ਼ ਕਰੋ ਅਗਲੇ ਨੂੰ ਕਹੋ ਵੀ ਮੇਰੇ ਮੈਨੂੰ ਡੋਰ ਡਿਲੀਵਰੀ ਚਾਹੀਦੀ ਹੈ ਜਦੋਂ ਮਾਲ ਘੱਟ ਹੁੰਦਾ, ਕਿਉਂਕਿ ਤੁਸੀਂ ਕਰ ਨਹੀਂ ਸਕਦੇ ਕੰਪਲੀਕੇਟਡ ਕੰਮ। ਉਹਦੇ ਵਿੱਚ ਫਿਰ ਉਹ ਕੀ ਹੋਊ, ਤੁਹਾਨੂੰ ਇੱਕ ਰੇਟ ਦੇ ਦੂਗਾ ਵੀ ਜਿਵੇਂ ਫਰਜ਼ ਕਰੋ ਵੀ ਅੱਜ ਜਿਹੜਾ ਰੇਟ ਚੱਲਦਾ ਅੱਜ ਦੀ ਰੇਟ 'ਚ $250-$300 US ਪਰ CBM ਪ੍ਰਾਈਸ ਚੱਲਦਾ ਹੈ ਨਾ, ਤੁਸੀਂ ਉਹਨੂੰ ਉਹਨੇ ਪੈਸੇ ਪੇ ਕਰ ਦੇਣੇ ਆ, ਉਹਨੇ ਉਹਨੂੰ ਤੁਸੀਂ ਆਪਦੇ ਮੈਨੂਫੈਕਚਰਰ ਦੀ ਉਹਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਲੈਣੀ ਆ, ਉਹਨਾਂ ਨੇ ਉਸ ਕੰਟਰੀ 'ਚ ਇੱਕ ਦੂਜੇ ਨਾਲ ਗੱਲਬਾਤ ਕਰਕੇ ਤੁਹਾਡਾ ਮਾਲ ਲੋਡ ਕਰ ਦੇਣਾ, ਜੇ ਉਹ ਤੋਂ ਪਿਕਚਰਸ ਮੰਗੀ ਚੱਲੋ ਮੇਰੇ ਮਾਲ ਦੀਆਂ ਹੈ ਨਾ, ਵੀ ਕਿੱਥੇ ਪਹੁੰਚ ਗਿਆ ਮਾਲ ਮੈਨੂੰ ਪਿਕਚਰਸ ਭੇਜ ਦੇ, ਜਦੋਂ ਲੋਡਿੰਗ ਹੋ ਗਈ ਮੈਨੂੰ ਪਿਕਚਰਸ ਭੇਜ ਦੇ ਹੈ ਨਾ। ਉਦੋਂ ਬਾਅਦ 'ਚ ਜਦੋਂ ਤੁਹਾਡਾ ਮਾਲ ਇੱਥੇ ਲੈਂਡ ਹੋ ਗਿਆ, ਹੁਣ ਫਰਜ਼ ਕਰੋ ਜੇ ਹਾਂ ਜੇ ਤੁਸੀਂ ਯੂਰਪ 'ਚੋਂ ਮੰਗਾਉਂਦੇ ਹੋ ਤਾਂ ਮੋਂਟਰੀਅਲ ਲੱਗੂ ਤੁਹਾਨੂੰ ਪੋਰਟ, ਮੋਂਟਰੀਅਲ ਤੋਂ ਬਾਈ ਰੇਲ ਫਿਰ ਅੱਗੇ ਆਜੂਗਾ ਟੋਰਾਂਟੋ ਆਜੂ। ਹਾਂਜੀ, ਜੇ ਤੁਸੀਂ ਏਸ਼ੀਆ 'ਚ ਮੰਗਾਉਂਦੇ ਹੋ, ਕੋਈ ਫਿਲੀਪੀਨਸ 'ਚੋਂ, ਥਾਈਲੈਂਡ, ਕੋਰੀਆ, ਚਾਈਨਾ ਮੰਨ ਲਓ, ਹਾਂ, ਚਾਹੇ ਇੰਡੀਆ ਗਾ, ਉਹਦੇ ਵਿੱਚ ਫਿਰ ਤੁਹਾਨੂੰ ਲੱਗਦੀ ਹੈਗੀ ਆਪਣੀ ਆਪਣੀ ਵੈਨਕੋਵਰ ਪੋਰਟ। ਓਕੇ, ਵੈਨ, ਹਾਂ, ਇੰਡੀਆ ਜੇ ਆਪਣੀ ਜਿਵੇਂ ਕਾਂਡਲਾ ਹੋ ਗਈ ਜਾਂ ਗੁਜਰਾਤ 'ਚੋਂ ਤੁਹਾਡਾ ਸਮਾਨ ਆਉਂਦਾ ਤਾਂ ਉਹ ਤੁਹਾਡਾ ਸਮਾਨ ਮੋਂਟਰੀਅਲ ਵੀ ਆਉਂਦਾ ਕਈ। ਓਕੇ ਜੀ, ਹਾਂ, ਇੰਡੀਆ ਤੋਂ ਦੋਨੇ ਤਰ੍ਹਾਂ ਨਾਲ ਸ਼ਿਪਿੰਗ ਤੱਕ ਆ ਗਿਆ ਆਪਣਾ ਸਮਾਨ। ਹਾਂਜੀ, ਹੁਣ, ਹਾਂਜੀ, ਜੇ ਤਾਂ ਤੁਸੀਂ ਪੈਸੇ ਪੇ ਕੀਤੇ ਨੇ ਵੀ ਇਨਕਲੂਡਡ ਐਵਰੀਥਿੰਗ ਵੀ
ਇਹਦੇ ਵਿੱਚ ਟਾਈਮ ਲੱਗ ਜਾਂਦਾ ਜੇ ਫਰਜ਼ ਕਰੋ ਏਸ਼ੀਆ 'ਚੋਂ ਮੰਗਵਾਉਂਦੇ ਹਾਂ 35 to 40 days ਓਕੇ ਮਾਲ ਆਉਣ 'ਤੇ ਲੱਗਦੇ ਆ ਅਤੇ ਜਦੋਂ ਤੁਸੀਂ ਮਾਲ ਪਰਚੇਜ਼ ਕਰ ਲਿਆ ਉਹਨੇ ਵੈਸਲ ਬੁੱਕ ਕਰਾਈ ਵੈਸਲ ਫਰਜ਼ ਕਰੋ ਉਹ ਇਹ ਤਾਂ ਹੈ ਨਹੀਂ ਗਾ ਵੀ ਜਦੋਂ ਤੁਸੀਂ ਬੁੱਕ ਕਰਾ ਤਾਂ ਉਹਨੇ ਅਗਲੇ ਦਿਨ ਹੀ ਤੁਰ ਪੈਣਾ ਹੈ ਨਾ ਬਿਲਕੁਲ 10 to 15 days ਤੁਹਾਡਾ ਉੱਥੇ ਡਿਲੇ ਹੋ ਸਕਦੇ ਆ ਚਾਈਨਾ ਦੇ ਵਿੱਚ ਹਾਂ ਕਹਿਣ ਦਾ ਮਤਲਬ ਵੀ ਜਿਹੜੀ ਚੀਜ਼ ਤੁਸੀਂ ਅੱਜ ਸੋਚਦੇ ਹੋ ਔਡਰ ਕਰਤੀ ਪੈਸੇ ਪੇ ਕਰਤੇ ਵੀ ਮੈਨੂੰ ਇਹ ਤਿਆਰ ਕਰਕੇ 22 ਭੇਜਣੀ ਹੈ ਮੰਨ ਕੇ ਚੱਲੋ 3 months ਲੱਗ ਜਾਂਦੇ ਆ ਆਉਂਦੇ ਆਉਂਦੇ ਇੱਥੇ ਬੜਾ ਸਲੋ ਪ੍ਰੋਸੈਸ ਹੁੰਦਾ ਇਹ ਓਕੇ ਜੀ ਓਕੇ ਤੇ ਜੇ 22 ਲਾਉਂਗੇ ਤਾਂ 5 to 10 days ਦੇ ਵਿੱਚ ਵਿੱਚ ਤੁਹਾਡਾ ਮਾਲ ਤੁਹਾਡੇ ਘਰੇ ਆ ਜਾਂਦਾ ਓਕੇ ਤੇ ਦੀ ਬਾਈ ਜੇ ਮੰਨ ਲਓ ਕੰਟੇਨਰ ਜਿੰਨਾ ਸਮਾਨ ਮੰਗਾਉਣੀ ਨਾ ਹੋਵੇ ਘੱਟ ਹੋਵੇ ਫਿਰ ਕੀ ਹੁੰਦਾ ਫਿਰ ਉਹਨੂੰ ਆਪਾਂ LCL ਸ਼ਿਪਿੰਗ ਬੋਲਦੇ ਆ LCL ਹਾਂਜੀ ਤੁਸੀਂ ਹਾਂ ਕੋਈ ਵੀ ਸ਼ਿਪਿੰਗ ਏਜੰਟ ਲੱਭ ਸਕਦੇ ਹੋ ਜਾਂ ਤੁਸੀਂ ਕਿਉਂਕਿ ਮੇਰਾ ਜਿਵੇਂ ਹੁਣ ਅਸੀਂ ਕਾਫੀ ਕੁਝ ਮੰਗਾਉਨੇ ਆ ਹਨਾ ਮੇਰਾ ਔਨ ਐਨ ਐਵਰੇਜ 20 ਫੁੱਟ ਜਾਂ 40 ਫੁੱਟ ਦਾ ਕੰਟੇਨਰ ਅਸੀਂ ਹਰ ਮੰਥ ਹੀ ਮੰਗਾਉਨੇ ਆ ਕਿਉਂਕਿ ਸਾਡਾ ਐ ਅਸੀਂ ਨਵੀਆਂ ਨਵੀਆਂ ਚੀਜ਼ਾਂ ਟਰਾਈ ਕਰਦੇ ਰਹਿੰਦੇ ਆ ਹੁਣ ਕਿਉਂਕਿ ਮਾਲ ਦਾ ਸਾਡਾ ਆਉਂਦਾ ਹੀ ਹੈ ਵੀ ਕਦੇ ਕਿਹੜੀ ਚੀਜ਼ ਮੰਗਾ ਕੇ ਦੇਖ ਲਈ ਕਦੇ ਕੋਈ ਚੀਜ਼ ਮੰਗਾ ਕੇ ਦੇਖ ਲਈ ਹੁਣ ਜੇ ਆਪਾਂ 100 ਚੀਜ਼ਾਂ ਮੰਗਾਉਂਦੇ ਹਾਂ ਜ਼ਰੂਰੀ ਤਾਂ ਨਹੀਂ ਹੁੰਦਾ ਵੀ 100 ਦੀਆਂ 100 ਹੀ ਚੱਲ ਪੈਣਗੀਆਂ ਹਨਾ ਕੋਈ ਚੀਜ਼ ਦਾ ਰਿਸਪੋਂਸ ਵਧੀਆ ਹੁੰਦਾ ਕਿਸੇ ਦਾ ਘੱਟ ਹੁੰਦਾ ਮੰਗਾਉਂਦੇ ਰਹੋ ਤੁਸੀਂ ਓਕੇ ਜੇ ਤੁਸੀਂ ਇਹ ਕੰਮ 'ਚੋਂ ਨਾ ਸਮਾਨ ਉਦੋਂ ਬਾਅਦ ਹੈ ਹੁਣ LCL ਮੰਗਾ ਲਓ ਤੁਸੀਂ ਬਟ ਜੇ ਤੁਸੀਂ ਤੁਹਾਡਾ ਕੰਟੇਨਰ ਬਹੁਤ ਕੰਟੇਨਰ ਲੋਡ ਆ ਤੁਹਾਡਾ ਜਦੋਂ ਕੰਮ ਚੱਲ ਪਿਆ ਵਧੀਆ ਫਿਰ ਤੁਸੀਂ ਸਭ ਤੋਂ ਬੈਸਟ ਤਰੀਕਾ ਹੁੰਦਾ ਗਾ ਉਹਨੂੰ ਕਹੋ ਵੀ ਟੋਰਾਂਟੋ ਪੋਰਟ ਤੱਕ ਮੈਨੂੰ ਰੇਟ ਦੇ ਟੋਰਾਂਟੋ ਪੋਰਟ ਤੋਂ ਅੱਗੇ ਮੈਂ ਆਪ ਲੈ ਕੇ ਜਾਊਂ ਸਮਾਨ ਓਕੇ ਹੈ ਨਾ ਜੀ ਟੋਰਾਂਟੋ ਪੋਰਟ ਤੋਂ ਜੇ ਤੁਸੀਂ ਪੂਰਾ ਕੰਟੇਨਰ ਸ਼ਿਪ ਕਰਾਉਣਾ ਆਪਦਾ ਵੇਅਰ ਹਾਊਸ ਦੇ ਵਿੱਚ ਉਹਦਾ $500 ਹੁੰਦਾ ਟਰੱਕ ਚੱਕ ਲੈਣਾ ਟਰੱਕ ਹਾਂ ਟਰੱਕ 'ਤੇ ਲਿਆ ਸਕਦੇ ਹੋ ਜਾਂ ਤੁਸੀਂ ਉਹਨੂੰ ਪੈਸੇ ਪੇ ਕਰ ਦਿਓ ਕਸਟਮ ਕਲੀਅਰੈਂਸ ਤੁਸੀਂ ਆਪ ਕਰਵਾਓ ਹੁਣ ਜਦੋਂ ਤੁਹਾਡਾ ਮਾਲ ਆਉਣਾ ਵੀ ਕਸਟਮਰ ਕਲੀਅਰ ਹੋ ਹਾਂ ਹਾਂ ਜਦੋਂ ਤੁਹਾਡਾ ਮਾਲ ਕੈਨੇਡਾ 'ਚ ਆ ਗਿਆ ਵੈਨਕੂਵਰ ਨਹੀਂ ਹੋਣਾ ਬਿਕੋਜ਼ ਤੁਹਾਡਾ ਪੋਰਟ ਇੱਥੇ ਲੱਗਦਾ ਹੈ ਨਾ ਚਾਈਨਾ ਤੋਂ ਮੰਨ ਲਓ ਚਾਈਨਾ ਤੋਂ ਆ ਰਿਹਾ ਤੁਹਾਡਾ ਮਾਲ ਪਹਿਲਾਂ ਵੈਨਕੂਵਰ ਆਊਗਾ ਵੈਨਕੂਵਰ ਉੱਤ ਕੇ ਬਾਈ ਰੇਲ ਜਦੋਂ ਇੱਥੇ ਵੇਅਰ ਹਾਊਸ 'ਚ ਪਹੁੰਚ ਗਿਆ ਮਾਲ ਫਿਰ ਉਹਨਾਂ ਨੇ ਤੁਹਾਨੂੰ ਤੁਹਾਡੇ ਸ਼ਿਪਿੰਗ ਏਜੰਟ ਨੇ ਕਹਿ ਦੇਣਾ ਵੀ ਭਾਈ ਤੇਰਾ ਮਾਲ ਪਹੁੰਚ ਗਿਆ ਇੱਥੇ ਅਤੇ ਇਹਦੀ ਕਸਟਮ ਕਲੀਅਰੈਂਸ ਕਰਵਾ ਉਹਨੇ ਤੁਹਾਨੂੰ ਡਾਕੂਮੈਂਟ ਭੇਜ ਦੇਣੇ ਉਹ ਲੈ ਕੇ ਤੁਸੀਂ ਕਸਟਮ ਆਫਿਸ ਚਲਿਆ ਜਾਣਾ ਅਤੇ ਉਹ ਜਾ ਕੇ ਤੁਸੀਂ ਕਰਵਾ ਲੈਣੀ ਉੱਥੇ B3 ਹੁੰਦਾ ਓਕੇ ਪਰ ਜੇ ਤੁਹਾਨੂੰ ਇਹ ਲੱਗਦਾ ਵੀ ਯਾਰ ਮੈਂ ਕਸਟਮ ਕਲੀਅਰੈਂਸ ਕਰਵਾ ਨਹੀਂ ਸਕਦਾ ਮੈਨੂੰ ਆਉਂਦੀ ਨਹੀਂ ਓਕੇ ਤਾਂ ਤੁਸੀਂ ਇੱਥੇ ਏਜੰਟ ਹਾਇਰ ਕਰ ਸਕਦੇ ਹੋ $250 ਲੈਂਦੇ ਨੇ ਓਕੇ ਓਕੇ ਉਹ ਤੁਹਾਡੇ ਬਿਹਾਫ 'ਤੇ ਜਾ ਕੇ ਤੁਹਾਡੀ ਕਸਟਮ ਕਲੀਅਰੈਂਸ ਡਨ ਕਰਾਉਂਦੇ ਨੇ ਜਦੋਂ ਤੁਹਾਡੀ ਕਸਟਮ ਕਲੀਅਰੈਂਸ ਡਨ ਹੋ ਗਈ ਉਹਨਾਂ ਨੇ ਤੁਹਾਨੂੰ ਕਲੀਅਰੈਂਸ ਲੈਟਰ ਦੇ ਦੇਣਾ ਅਤੇ ਤੁਸੀਂ ਉਹ ਵੇਅਰ ਹਾਊਸ ਜਾ ਕੇ ਜਮ੍ਹਾਂ ਕਰਾ ਦੇਣਾ ਉਹਨਾਂ ਨੇ ਤੁਹਾਡਾ ਮਾਲ ਰਿਲੀਜ਼ ਕਰ ਦੇਣਾ ਠੀਕ ਆ ਠੀਕ ਹਾਂਜੀ ਹਾਂਜੀ ਅਤੇ ਬਾਈ ਇਹ ਵੀ ਦੱਸੀ ਵੀ ਆਪਾਂ ਇਕੱਠਾ ਸਮਾਨ ਮੰਗਾਈਏ ਉਹਦੇ 'ਚ ਵੱਧ ਫਾਇਦਾ ਥੋੜ੍ਹਾ ਕਰਕੇ ਮੰਗਾਈਏ ਉਹਦੇ 'ਚ ਵੱਧ ਫਾਇਦਾ ਮਤਲਬ ਕਿ ਖਰਚਾ ਕਿੰਨਾ ਘੱਟ ਵੱਧ ਦੇਖੋ ਮੇਰੇ ਅੱਜ ਦੀ ਡੇਟ 'ਚ ਤਾਂ ਇਹ ਹਾਲ ਹੈ ਵੀ ਜਿਹੜਾ ਕੰਟੇਨਰ $3,500 ਦਾ ਸੀ ਅੱਜ ਤੋਂ ਕੰਟੇਨਰ ਸਾਲ ਪਹਿਲਾਂ ਹਾਂ ਜਾਂ 20 ਫੁੱਟ ਕੰਟੇਨਰ ਸੀਗਾ ਜਿਹੜਾ ਅੱਜ ਦੀ ਡੇਟ 'ਚ ਉਹਦਾ ਰੇਟ $10,000 ਹੈ $10 ਬਿਕੋਜ਼ ਇੱਕ ਤੁਸੀਂ ਦੇਖਿਆ ਹੋਊਗਾ ਇੱਕ ਜਹਾਜ਼ ਫਸ ਗਿਆ ਸੀ ਕਨਾਲ ਦੇ ਵਿੱਚ ਹਾਂਜੀ ਹਾਂਜੀ ਹੈ ਨਾ ਉਹਦੇ ਕਰਕੇ ਕੰਜੈਸ਼ਨ ਹੋ ਗਈ ਸੀ ਬਾਕੀ ਕਰੋਨਾ ਜਦੋਂ ਦਾ ਸ਼ੁਰੂ ਹੋਇਆ ਸ਼ਿਪਿੰਗ ਰੇਟ ਆ ਜਿਹੜੇ 3 to 4 times ਵੱਧ ਗਏ ਓਕੇ ਹਾਂਜੀ ਫਿਰ ਕੀ ਕਰੀਏ ਇਕੱਠੇ ਮੰਗਾਈਏ ਜਦੋਂ ਤੁਸੀਂ ਇਕੱਠਾ ਵੀ ਮੰਗਾ ਸਕਦੇ ਹੋ LCL ਵੀ ਮੰਗਾ ਸਕਦੇ ਹੋ ਜੇ ਕਿਸੇ ਨੇ ਟੋਰਾਂਟੋ ਦੇ ਵਿੱਚ ਕੁਝ ਵੀ ਮੰਗਾਉਣਾ ਤਾਂ ਹਾਂਜੀ ਬਾਈ 에ਅਰ ਵੀ ਮੰਗਾ ਸਕਦੇ ਹੋ ਜਾਂ ਤੁਸੀਂ ਸਾਡੇ ਨਾਲ ਵੀ ਗੱਲ ਕਰ ਸਕਦੇ ਹੋ ਕਿਉਂਕਿ ਹਾਂ ਸਾਡੇ ਕੋਲੇ ਸ਼ਿਪਿੰਗ ਆਪਣੇ ਏਜੰਟ ਹੈਗੇ ਤੁਹਾਡੇ ਕੋਲ ਸਾਡੇ ਕੋਲੇ ਸੋਰਸਿੰਗ ਏਜੰਟ ਵੀ ਹੈਗੇ ਆ ਤੁਸੀਂ ਸਾਨੂੰ ਪ੍ਰੋਡਕਟ ਦੱਸ ਦਿਓ ਵੀ ਵੀਰੇ ਵੀ ਅਸੀਂ ਇਹ ਪ੍ਰੋਡਕਟ ਮੰਗਾਉਣਾਗਾ ਅਸੀਂ ਉਹਦੇ ਹਾਂ ਅਸੀਂ ਉਹਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਾਂਗੇ ਵੀ ਵਧੀਆ ਪ੍ਰੋਡਕਟ ਉਹ ਕਿੱਥੋਂ ਮਿਲਦਾ ਹਨਾ ਕਿਉਂਕਿ ਹੁਣ ਸਾਡੀ ਸ਼ਿਪਿੰਗ 5 to 7 countries ਚੋਂ ਅਸੀਂ ਮਾਲ ਮੰਗਾਉਂਦੇ ਹਾਂ ਹਨਾ ਕਿਤੋਂ ਕੁਛ ਆਉਂਦਾ ਕਿਤੋਂ ਕੁਛ ਆਉਂਦਾ ਅਤੇ ਸਾਡੇ ਕੋਲੇ ਸੋਰਸਿੰਗ ਏਜੰਟ ਵੀ ਹੈਗੇ ਆ ਸਾਰੇ ਕਿਤੇ ਤੁਸੀਂ ਸਾਨੂੰ ਆਪਦਾ ਪ੍ਰੋਡਕਟ ਦੱਸ ਦਿਓ 10 to 15 days ਦਿਓ ਸਾਨੂੰ ਤੁਸੀਂ ਇੱਕ ਟਾਰਗੇਟ ਪ੍ਰਾਈਸ ਦੱਸ ਦਿਓ ਵੀ ਮੈਨੂੰ ਇੰਨੇ ਕੁ ਪ੍ਰਾਈਸ ਦੇ ਵਿੱਚ ਮੈਨੂੰ ਆਹ ਪ੍ਰੋਡਕਟ ਲੱਭ ਕੇ ਦਿਓ ਅਸੀਂ ਹਾਂਜੀ ਹਾਂਜੀ ਜਿੱਥੋਂ ਵੀ ਤੁਹਾਨੂੰ ਸਸਤਾ ਮਿਲਦਾ ਹੋਊਗਾ ਅਸੀਂ ਤੁਹਾਨੂੰ ਉੱਥੋਂ ਪ੍ਰੋਡਕਟ ਲੱਭ ਕੇ ਦੇਵਾਂਗੇ ਉਹ 'ਚ ਸਾਡਾ ਕਮਿਸ਼ਨ ਹੋਊਗਾ ਜਿੰਨਾ ਵੀ ਅਸੀਂ ਤੁਹਾਨੂੰ ਤੁਸੀਂ ਆਰਡਰ ਕਰੋਗੇ ਹੈ ਨਾ ਲਓ ਜੀ ਇਹ ਤਾਂ ਬਾਈ ਨੇ ਸਾਰਾ ਕੰਮ ਸੌਖੇ ਕਰਤਾ ਬਾਈ ਹਾਂਜੀ ਹਾਂਜੀ ਅਤੇ ਵੀਰੇ ਇਹ ਵੀ ਦੱਸੋ ਵੀ ਜੇ ਇਕੱਠਾ ਸਮਾਨ ਮੰਗਾਉਂਦੇ ਹਾਂ ਮਤਲਬ ਇਹਦੇ 'ਚ ਆਪਾਂ ਨੂੰ ਵੀ ਆਪਾਂ ਨੂੰ ਸਸਤਾ ਪੈਂਦਾ ਇਕੱਠਾ ਮਾਲ ਜੀ ਬਾਹਲਾ ਮੰਗਾਈ ਜਿਵੇਂ ਜੇ ਆਪਾਂ ਥੋੜ੍ਹਾ ਚੱਕੀਏ ਇੱਥੋਂ ਕਿਤੋਂ ਹਾਂਜੀ ਹਾਂਜੀ ਜਿਹੜਾ ਤੁਸੀਂ ਮੰਗਾਉਂਦੇ ਹੋ ਮੰਨ ਲਓ ਕੰਟੇਨਰ ਹੀ ਮੰਗਾ ਲਿਆ ਤੁਸੀਂ ਕਿਸੇ ਬੂਟਾਂ ਦਾ ਕੰਟੇਨਰ ਮੰਗਾ ਲਿਆ ਮੰਨ ਲਓ ਹਾਂਜੀ ਹਾਂਜੀ ਥੋੜ੍ਹੇ ਚੱਕ ਲਓ ਤੁਸੀਂ ਟੋਰਾਂਟੋ ਤੋਂ ਬੈਸ ਲੈ ਲਏ ਇਕੱਠਾ ਮੰਗਾਇਆ ਦਾ ਫਾਇਦਾ ਹੈ ਵੀਰੇ ਜਿਵੇਂ ਤੁਸੀਂ ਆਪਦਾ ਵਧਾਈ ਜਾਓਗੇ ਫਰਜ਼ ਕਰੋ ਮਿਨੀਮਮ ਆਰਡਰ ਕੁਆਂਟੀਟੀ ਹੁੰਦੀ ਹੈ ਫਰਜ਼ ਕਰੋ ਤੁਸੀਂ ਸ਼ੂਜ਼ ਲੈਣੇ ਆ ਹਨਾ ਤੁਸੀਂ ਜਦੋਂ ਆਪਾਂ ਸਸਤਾ ਪੈਂਦਾ ਪਿੱਛੇ ਫਿਰ ਉਸ ਹਿਸਾਬ ਨਾਲ ਜਿਆਦਾ ਵਧਾਈ ਜਾਂਦੇ ਆ ਇਹ ਵੀਰੇ ਐਂ ਇੱਥੇ ਸਾਰਾ ਜਿੰਨਾ ਵੀ ਕੈਨੇਡਾ 'ਚ ਕੁਝ ਨਹੀਂ ਪ੍ਰੋਡਿਊਸ ਹੁੰਦਾ 99% ਮਾਲ ਇੱਥੇ ਬਾਹਰੋਂ ਆਉਂਦਾ ਹਨਾ ਹੁਣ ਫਰਜ਼ ਕਰੋ ਜੇ ਤੁਸੀਂ $100 ਪੇ ਕਰ ਰਹੇ ਹੋ ਉਹਦੇ ਵਿੱਚ ਕਮਿਸ਼ਨ ਐਡ ਹੋਏ ਨੇ ਸ਼ਿਪਿੰਗ ਦੇ ਚਾਰਜਸ ਨੇ ਉਹਦੇ ਵਿੱਚ ਮਾਰਕੀਟਿੰਗ ਚਾਰਜਸ ਨੇ ਹੁਣ ਫਰਜ਼ ਕਰੋ ਪ੍ਰੋਡਕਟ ਦੀ ਮਾਰਕੀਟਿੰਗ ਵੀ ਚੱਲ ਰਹੀ ਹੈ ਹੁਣ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ ਵੀ ਜਿਹੜਾ ਆਪਾਂ ਇੱਕ ਆਈਪੈਡ ਲੈਂਦੇ ਹਾਂ ਹਾਂਜੀ $1,200 ਦਾ ਹਨਾ ਬਿਲਕੁਲ ਜੀ ਉਹਦੀ ਜਿਹੜੀ ਮੈਨੂਫੈਕਚਰਿੰਗ ਕੋਸਟ ਅਰਾ
ਲਓ ਵੀ ਇੰਨਾ ਮਹਿੰਗਾ ਪੈਂਦਾ ਫਿਰ ਤਾਂ ਹਾਂਜੀ ਹਾਂਜੀ ਫਿਰ ਬਾਈ ਇਹ ਤਾਂ ਨਫਾ ਵਾਲਾ ਕਾਉਂਦੇ ਹੋਣਗੇ ਉਸ ਹਿਸਾਬ ਨਾਲ ਜਿਹੜਾ ਗਾਣਾ ਬਸ ਫਿਰ ਉਹ ਉਹੀ ਪਰ ਉਹ ਇਕੱਠਾ ਮੰਗਾਉਂਦੇ ਹਾਂ ਦੁਨੀਆਂ ਦੀ ਐਡੀ ਵੱਡੀ ਕੰਪਨੀ ਵੈਸੇ ਥੋੜ੍ਹੀ ਬਣ ਗਈ ਇਹਦੇ ਵਿੱਚ ਹਾਂ ਤੁਸੀਂ ਇਹ ਕਰ ਸਕਦੇ ਹੋ ਹੁਣ ਇੱਕ ਸਭ ਤੋਂ ਵੱਡਾ ਸਵਾਲ ਹੁੰਦਾ ਵੀ ਇੱਕ ਤਾਂ ਹੁੰਦਾ ਵੀ ਆਪਾਂ ਪ੍ਰੋਡਕਟ ਖਰੀਦ ਲਿਆ ਦੂਜੀ ਗੱਲ ਹੁੰਦੀ ਹੈ ਉਹਨੂੰ ਵੇਚਣਾ ਕਿੱਥੇ ਆਪਾਂ ਬਿਲਕੁਲ ਸਭ ਅੱਜ ਦੀ ਰੇਟ 'ਚ ਸਭ ਤੋਂ ਬੈਸਟ ਹੈ ਐਮਾਜ਼ੋਨ ਓਕੇ ਪਰ ਐਮਾਜ਼ੋਨ ਦੇ ਉੱਪਰ ਆਪਾਂ ਕੀ ਕਰਦੇ ਹਾਂ ਆਪਾਂ ਜਦੋਂ ਹੁਣ ਮੰਨ ਲਓ ਆਪਣੀ ਕੋਈ ਵੀਡੀਓ ਦੇਖੂਗਾ ਉਹ ਸੋਚੂਗਾ ਵੀ ਯਾਰ ਮੈਂ ਵੀ ਕੁਛ ਮੰਗਾਵਾਂ ਸਭ ਤੋਂ 99% ਲੋਕਾਂ ਦੇ ਦਿਮਾਗ 'ਚ ਆਉਂਦੇ ਆ ਫੋਨ ਕਵਰ ਹੈ ਹਾਂਜੀ ਕਿਉਂਕਿ ਆਪਾਂ ਇੰਡੀਆ ਤੋਂ ਆਏ ਹਾਂ ਆਪਾਂ ਦੇਖਦੇ ਹਾਂ ਉੱਥੇ ਤਾਂ ਇਹ 30-40 ਰੁਪਏ ਦਾ ਹੁੰਦਾ ਹੈ ਨਾ ਇੱਥੇ $15-20 ਦਾ ਵੀ ਇਹਦਾ ਚੀਜ਼ ਹੀ ਬਹੁਤ ਘੈਂਟ ਹੈ ਬਟ ਜੇ ਤੁਸੀਂ ਐਮਾਜ਼ੋਨ 'ਤੇ ਸਮਾਨ ਵੇਚਣਾ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰ ਵੀ ਘੱਟੋ ਘੱਟ ਤੁਹਾਡੇ ਪਹਿਲਾਂ ਇੱਕ ਕੈਟਾਲੋਗ ਤਿਆਰ ਕਰੋ ਤੁਸੀਂ ਮੈਨੂਫੈਕਚਰਰਸ ਨਾਲ ਗੱਲ ਕਰੋ ਸਮਾਨ ਰੱਖੋ ਛੋਟਾ $5-7 ਦੀ ਚੀਜ਼ ਹੈ ਜਿਹੜੀ ਐਡਵਰਟੀਜ਼ਮੈਂਟ ਜਿਹੜੀ ਆਦੀ ਵਧੀਆ ਕਰੋ ਹਾਂ ਹਾਂ ਵਧੀਆ ਹਾਂਜੀ ਜੇ ਮਤਲਬ ਤੁਸੀਂ ਕੰਮ ਦੀ ਸਟਾਰਟਿੰਗ ਕਰਨੀ ਹੈ ਹੈ ਨਾ ਸਭ ਤੋਂ ਹਮੇਸ਼ਾ ਛੋਟੇ ਪ੍ਰੋਡਕਟ ਤੋਂ ਕਰੋ ਪ੍ਰੋਡਕਟ ਤੁਹਾਡਾ ਜ਼ਿਆਦਾ ਮਹਿੰਗਾ ਨਾ ਹੋਵੇ ਜਿਹੜਾ ਤੁਹਾਨੂੰ ਹਾਂ ਜਿਹੜਾ ਤੁਹਾਨੂੰ ਉੱਥੇ $5-4 'ਚ ਮਿਲਦਾ ਹੋਵੇ ਅਤੇ ਆਹ ਮਾਰਕੀਟ 'ਚ ਉਹਦੀ $20-25 ਉਹਦਾ ਪ੍ਰਾਈਜ਼ ਹੋਵੇ ਇੱਥੇ ਓਕੇ ਓਕੇ ਠੀਕ ਹੈ ਨਾ ਜੇ ਮੈਨੂੰ ਫੋਨ ਕਵਰ ਵੀ ਲਾ ਲਓ ਜੇ ਤੁਸੀਂ ਇੰਡੀਆ ਦੇ ਵਿੱਚ ਜਿਹੜਾ $40 ਦਾ ਇੱਥੇ $12-13 ਦਾ ਵੇਚਦਾ ਹੈ ਨਾ ਉਹ 'ਚ ਮਾਰਜਨ ਕਿੰਨਾ ਗਾ ਉਹ ਹੁਣ ਫੋਨ ਕਵਰ ਛੋਟਾ ਕਿੰਨਾ ਹੁੰਦਾ ਉਹ ਇੱਕ ਕੰਟੇਨਰ 'ਚ ਕਿੰਨਾ ਜ਼ਿਆਦਾ ਆਜੂਗਾ ਤੁਸੀਂ ਸ਼ਿਪਿੰਗ ਕੋਸਟ ਵੀ ਸੇਵ ਕਰ ਸਕਦੇ ਹੋ ਐਮਾਜ਼ੋਨ 'ਤੇ ਵੇਚ ਸਕਦੇ ਹੋ ਹੋਰ ਕੋਈ ਤੁਸੀਂ ਐਮਾਜ਼ੋਨ 'ਤੇ ਈਬੇ 'ਤੇ ਸੈੱਲ ਕਰ ਸਕਦੇ ਹੋ ਹੈ ਨਾ ਲੋਕਲ ਮਾਰਕੀਟ 'ਚ ਤੁਸੀਂ ਜਿਹੜੇ ਇੱਥੇ ਫਰਜ਼ ਕਰੋ ਜੇ ਆਪਾਂ ਕਹਿ ਦਿੰਦੇ ਹਾਂ ਹੋਲਸੇਲਰ ਹੁੰਦੇ ਨੇ ਹੋਲਸੇਲਰ ਦਾ ਕੀ ਕੰਮ ਉਹ ਕਸਟਮਰ ਨੂੰ ਨਹੀਂ ਵੇਚਦਾ ਹੋਲਸੇਲਰ ਕੀ ਕਰਦਾ ਸਾਰਾ ਮਾਲ ਇਕੱਠਾ ਮੰਗਾ ਕੇ ਉਹ ਜਿੰਨੇ ਵੀ ਇੱਥੇ ਉਹ ਮਾਲ ਨੂੰ ਵੇਚਦੇ ਨੇ ਉਹ ਇਕੱਲੇ ਇਕੱਲੇ ਬੰਦੇ ਕੋਲ ਜਾ ਕੇ ਉਹਨੂੰ ਮਾਲ ਦਿਖਾਉਂਦਾ ਆਪਦਾ ਜਿਵੇਂ ਹੁਣ ਤੁਸੀਂ ਲਾ ਲਓ ਵੀ ਆਪਾਂ ਉਦੋਂ ਗੱਲ ਕਰਦੇ ਸੀ ਗਰੋਸਰੀ ਸਟੋਰ ਦੀ ਹਾਂਜੀ ਹਾਂਜੀ ਹੁਣ ਜਿਹੜੇ ਬੰਦਿਆਂ ਨੇ ਗਰੋਸਰੀ ਸਟੋਰ ਦਾ ਕੰਮ ਕਰਨਾ ਉਹ ਇੰਡੀਆ ਤੋਂ ਥੋੜ੍ਹੀ ਮੰਗਾਉਂਦੇ ਨੇ ਮਾਲ ਉਹ ਇੱਥੇ ਹੋਲਸੇਲ ਇੱਥੇ ਹੋਲਸੇਲਰ ਨੇ ਬੜੇ ਹੋਲਸੇਲਰ ਸਮਾਨ ਇੱਥੇ ਹੁੰਦਾ ਤਾਂ ਇੱਥੇ ਮਿਲਦਾ ਹੀ ਜਿਹੜਾ ਉਹਦੇ ਕੋਲ ਹੁੰਦਾ ਹਾਂਜੀ ਹਾਂਜੀ ਉਹਨਾਂ ਨੇ ਤੁਹਾਨੂੰ ਹਾਂ ਜਿਵੇਂ ਹੁਣ ਮੈਂ ਸੁਰਮਾ ਲੈ ਕੇ ਆਇਆ ਸੀ ਨਾ ਹਾਂਜੀ ਉਹਦੇ ਰੇਟ 15 ਰੁਪਏ ਲਿਖਿਆ ਹੋਇਆ ਸੀ ਅੱਛਾ $15 ਲਿਖਿਆ ਸੀ ਉਹਨਾਂ ਨੂੰ $3 ਦਾ ਲਾਇਆ ਹਾਂਜੀ ਹਾਂਜੀ ਉਹਨਾਂ ਨੂੰ ਤਾਂ ਲੱਗ ਲਗਭਗ ਲਗਭਗ $200 $125 ਬਣਿਆ ਹਾਂਜੀ ਹਾਂਜੀ ਇੰਡੀਆ ਦੇ $15 ਸੀ ਹਾਂਜੀ 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 ਸਮਾਨ ਤਾਂ ਇੰਡੀਆ ਤੋਂ ਆਉਂਦਾ ਸਾਰਾ ਸਾਰਾ ਹਾਂਜੀ ਉਹਦਾ ਰੇਟ ਲਿਖਿਆ INR ਉਹ ਇੰਡੀਆ ਵਾਲਾ ਲਿਖਿਆ ਹਾਂਜੀ 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 ਐਂ ਚੱਲਦਾ ਫਿਰ ਦੇਖ ਲਓ ਨਫਾ ਕਿੰਨਾ ਜਾਂਦਾ ਕਿਉਂਕਿ ਇੰਡੀਆ ਦੇ ਵਿੱਚ ਰੂਲ ਆ ਤੁਸੀਂ ਕੋਈ ਵੀ ਚੀਜ਼ ਵਿਦਾਊਟ ਪ੍ਰਾਈਸ ਬੇਚ ਸਕਦੇ ਦੀ ਚੀਜ਼ 1% ਤੋਂ ਵੀ ਘੱਟ ਦੇ ਹਾਂਜੀ 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 ਤੁਸੀਂ ਕੀ ਹਾਂ ਤੁਸੀਂ ਕੀ ਕਰੋ ਜੇ ਤੁਸੀਂ ਇਸ ਚਾਹੁੰਦੇ ਨੂੰ ਰੀਟੇਲ ਬਿਜ਼ਨਸ ਬੋਲਦੇ ਆਪਾਂ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਵੀ ਇੱਕ ਇੱਕ ਜਗ੍ਹਾ ਤੋਂ ਸਮਾਨ ਲੈ ਕੇ ਦੂਜੀ ਜਗ੍ਹਾ ਵੇਚਣਾ ਉਹ ਸਮਾਨ ਤੁਸੀਂ ਕੈਨੇਡਾ 'ਚੋਂ ਖਰੀਦ ਕੇ ਵੀ ਵੇਚ ਸਕਦੇ ਹੋ ਬੜੇ ਇਦਾਂ ਦੇ ਵੀ ਲੋਕਾਂ ਨੂੰ ਮੈਂ ਜਾਣਦਾ ਵੀ ਜਿਹੜੇ ਕਿਸੇ ਸਟੋਰ ਤੋਂ ਜਾਂ ਡਾਲਰ ਸਟੋਰ ਤੋਂ ਚੀਜ਼ ਲੈ ਕੇ ਸਸਤੀ ਉਹ ਐਮਾਜ਼ੋਨ 'ਤੇ ਵੇਚੀ ਜਾਂਦੇ ਨੇ ਪਰ ਗੱਲ ਉਹੀ ਅੱਖ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਅੱਖ ਹੋਣੀ ਚਾਹੀਦੀ ਹੈ ਤੁਸੀਂ ਜੇ ਮੰਨ ਲਓ ਤੁਸੀਂ ਐਮਾਜ਼ੋਨ 'ਤੇ ਵੇਚਣਾ ਵੈਸੇ ਆਪਾਂ ਉਹਦੀ ਵੀਡੀਓ ਬਣਾਵਾਂਗੇ ਕੋਈ ਗੱਲ ਨਹੀਂ ਵੀਡੀਓ ਤਾਂ ਵਾਲੀਆਂ ਬਣਨ ਵਾਲੀਆਂ ਹਾਂ ਬਟ ਹਾਂਜੀ ਹਾਂਜੀ ਬਟ ਜੇ ਤੁਸੀਂ ਐਮਾਜ਼ੋਨ 'ਤੇ ਅੱਜ ਦੀ ਡੇਟ 'ਚ ਐਮਾਜ਼ੋਨ ਦਾ ਕੰਮ ਕਰਨਾ ਚਾਹੁੰਦੇ ਹੋ ਘੱਟੋ ਘੱਟ ਤੁਸੀਂ 50 ਪ੍ਰੋਡਕਟ ਲਿਸਟ ਕਰੋ ਐਮਾਜ਼ੋਨ ਦੇ ਉੱਪਰ ਕਿਉਂਕਿ ਉਹਦਾ ਰੀਜ਼ਨ ਇਹ ਹੈ ਜੇ ਤੁਸੀਂ ਇੱਕ ਪ੍ਰੋਡਕਟ ਲਾਓਗੇ ਉਹ ਮੰਨ ਲਓ 10,000 ਬੰਦਾ ਪਹਿਲਾਂ ਹੀ ਉਹ ਪ੍ਰੋਡਕਟ ਵੇਚੀ ਜਾਂਦਾ ਤੇ ਬਾਈ ਇੱਕ ਇਹ ਵੀ ਗੱਲ ਹਾਂ ਤੁਸੀਂ ਪਹਿਲਾਂ ਗੱਲ ਕਵਰ ਕਰੋ ਹਾਂ ਵੀ ਉਹ ਤੁਹਾਡਾ ਮਤਲਬ ਤੁਹਾਡੀ ਪ੍ਰੋਫਾਈਲ ਹੈ ਜਿਹੜੀ ਉਹ ਇੰਪਰੂਵ ਨਹੀਂ ਹੋਣੀ ਉਹਦੇ ਵਿੱਚ ਐਮਾਜ਼ੋਨ 'ਚ ਹੁਣ ਤੁਸੀਂ 150 ਪ੍ਰੋਡਕਟ ਲਾਤਾ ਹੈ ਨਾ ਇੱਕ ਪ੍ਰੋਡਕਟ 'ਤੇ ਤੁਹਾਡੇ ਅੱਜ 5 ਵਿਜ਼ਿਟ ਹੋਈਆਂ ਕਿਸੇ ਨੇ ਦੇਖਿਆ ਕਿਸੇ 5 ਬੰਦਿਆਂ ਨੇ ਦੂਜਾ ਪ੍ਰੋਡਕਟ ਦੇਖਿਆ ਜਿਵੇਂ ਹੁਣ ਤੁਸੀਂ ਵੀਡੀਓਜ਼ ਪਾਈਆਂ ਹੋਈਆਂ ਨੇ ਫਰਜ਼ ਕਰੋ ਤੁਹਾਡੇ ਚੈਨਲ 'ਤੇ 200 ਵੀਡੀਓਜ਼ ਨੇ ਤਾਂ ਉਹਦੇ ਓਵਰਆਲ ਜਿਹੜੇ ਫਰਜ਼ ਕਰੋ ਤੁਹਾਡੇ ਡੇਲੀ ਦੇ 10,000 ਵਿਊ ਹੋ ਰਹੇ ਨੇ ਆਈਡੀਆਲ ਇੱਕ ਸਪੋਜ਼ ਕਰੋ ਬਟ ਜੇ ਤੁਸੀਂ ਵੀਡੀਓ 2 ਪਾਈਆਂ ਹੋਣਗੀਆਂ ਉਹ ਕਿੰਨੇ ਘੱਟ ਵਿਊ ਹੋਣਗੇ ਉਸੇ ਤਰੀਕੇ ਨਾਲ ਇਹ ਗੱਲ ਹਣੀ ਮੈਂ ਕੈਚ ਕਰ ਗਿਆ ਹਾਂਜੀ ਹਾਂਜੀ ਜਦੋਂ ਤੁਹਾਡੀਆਂ ਜਿੰਨੀਆਂ ਵੱਧ ਵੀਡੀਓਜ਼ ਹੋਣਗੀਆਂ ਤਾਂ ਉਹ ਵੱਧ ਲੋਕ ਦੇਖਣਗੇ ਤੁਹਾਡੀ ਉਹ ਆਪਣਾ ਯੂਟਿਊਬ ਵੱਧ ਲੋਕਾਂ ਨੂੰ ਰੈਕਮੈਂਡ ਕਰੋ ਤੁਹਾਡੀ ਵੀਡੀਓ ਉਸੇ ਤਰੀਕੇ ਨਾਲ ਜਦੋਂ ਆਪਾਂ ਐਮਾਜ਼ੋਨ 'ਤੇ 100-150 ਪ੍ਰੋਡਕਟ ਪਾਤੇ ਜਾਂ 50 ਪ੍ਰੋਡਕਟ ਪਾਤੇ ਤਾਂ ਐਮਾਜ਼ੋਨ ਉਹਨਾਂ ਨੇ ਅਲਗੋਰਿਥਮ ਬਣਾਇਆ ਹੁੰਦਾ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੁੱਗ ਆ ਹੈ ਨਾ ਉਹ 'ਤੇ ਕੋਈ ਇੱਕ ਬੰਦਾ ਨਹੀਂ ਬੈਠਾ ਵੀ ਜਿਹੜਾ ਦੇਖ ਰਿਹਾ ਵੀ ਆਹ ਬਾਈ ਨੇ 50 ਪ੍ਰੋਡਕਟ ਪਾਤੇ ਮੈਂ ਹੁਣ ਲੋਕਾਂ ਨੂੰ ਇਹ ਰੈਕਮੈਂਡ ਕਰਾਂ ਜਦੋਂ ਤੁਹਾਡੇ ਪ੍ਰੋਡਕਟ ਵੱਧ ਹੋਣਗੇ ਉਹਨਾਂ ਨੇ ਆਟੋਮੈਟਿਕਲੀ ਤੁਹਾਨੂੰ ਵੱਧ ਲੋਕਾਂ ਨੂੰ ਤੁਹਾਡਾ ਪ੍ਰੋਡਕਟ ਦਿਖਾਉਣਾ ਤੁਹਾਡੀ ਸੇਲ ਵੱਧ ਹੋਊਗੀ ਹੈ ਨਾ ਹੁਣ ਫਰਜ਼ ਕਰੋ ਤੁਸੀਂ $5-4 ਵਾਲੀਆਂ ਚੀਜ਼ਾਂ $15-20 ਦੀਆਂ ਤੁਸੀਂ ਉੱਥੇ ਪਾ ਦਿਓ 50 ਚੀਜ਼ਾਂ ਲਿਆ ਕੇ ਤਾਂ ਤੁਹਾਡੀ ਚਾਹੇ ਉਹਦੇ ਵਿੱਚ ਕੋਈ ਬਾਹਲੀ ਕ੍ਰੀਏਟਿਵ ਚੀਜ਼ ਦੇਖਣ ਦੀ ਲੋੜ ਨਹੀਂ ਵੀ ਇੱਦਾਂ ਦਾ ਮੈਂ ਪ੍ਰੋਡਕਟ ਕਰ ਲਓ ਟਰਾਈ ਕੋਈ ਚੱਕਰ ਨਹੀਂ ਹੌਲੀ ਵੱਡੇ ਲੈਵਲ ਤੇ ਵਗ ਜਾ ਬਾਈ ਇੱਕ ਫੇਸਬੁੱਕ ਤੇ ਇੰਸਟਾਗ੍ਰਾਮ ਕਿਵੇਂ ਆ ਇਹ ਚੀਜ਼ਾਂ ਲਈ ਸਪਾਂਸਰ ਕਰਕੇ ਫੇਸਬੁੱਕ ਤੇ ਤੁਸੀਂ ਸਪਾਂਸਰਡ ਐਡ ਪਾ ਸਕਦੇ ਹੋ ਹੁਣ ਫਰਜ਼ ਕਰੋ ਜਿਵੇਂ ਹੁਣ ਤੁਹਾਨੂੰ ਰੀਅਲ ਏਸਟੇਟ ਦਾ ਦੱਸਦਾ ਆਪਾਂ ਰੀਅਲ ਏਸਟੇਟ ਦੇ ਵਿੱਚ ਘਰਾਂ ਦੀ ਲਿਸਟਿੰਗ ਕਰਦੇ ਹਾਂ ਹਨਾ ਜਦੋਂ ਅਸੀਂ ਫੇਸਬੁੱਕ ਦੇ ਉੱਪਰ ਐਡ ਪਾਉਂਦੇ ਹਾਂ ਅਸੀਂ ਉਹਦੇ ਵਿੱਚ ਉਹ ਫੇਸਬੁੱਕ ਸਾਨੂੰ ਸਾਰਾ ਕੁਝ ਪੁੱਛਦੇ ਆ ਹਨਾ ਵੀ ਕਿਹੜੇ ਕਿਹੜੇ ਬੰਦੇ ਨੂੰ ਅਸੀਂ ਐਡ ਸ਼ੋਅ ਕਰੀਏ ਇਹ ਉਹਦੇ ਵਿੱਚ ਜਿੰਨੀਆਂ ਵੀ ਆਪਣੀਆਂ ਪ੍ਰਾਇੋਰਟੀਜ਼ ਹੁੰਦੀਆਂ ਤੁਸੀਂ ਉਹ ਭਰ ਦਿਓ ਵੀ
ਤੁਸੀਂ ਐਮਾਜ਼ੋਨ ਦੇ ਉੱਪਰ ਜਦੋਂ ਐਡ ਅਪਲੋਡ ਕਰੋਗੇ ਤਾਂ ਉਹ ਤੁਹਾਨੂੰ ਪੁੱਛੂਗੀ ਵੀ ਕਿਹੜੇ ਕਿਹੜੇ ਬੰਦੇ ਨੂੰ ਤੇਰੀ ਐਡ ਸ਼ੋ ਹੋਵੇ। ਉਹਦੇ ਵਿੱਚ ਤੁਸੀਂ ਕਹੋਗੇ ਵੀ ਜਿਹਦੀ ਸੈਲਰੀ ਘੱਟੋ ਘੱਟ $1,00,000 ਤੋਂ ਉੱਪਰ ਹੋਵੇ ਜਾਂ 70,000 ਤੋਂ ਉੱਪਰ ਹੋਵੇ, ਹੈ ਨਾ, ਜਾਂ ਵੀ ਉਹ 'ਚ ਪਾਰਟੀਕੁਲਰ ਦੱਸ ਸਕਦੇ ਹੋ ਵੀ ਜਿਹੜੇ ਜਿਹੜਾ ਬੰਦਾ ਆਹ ਬਿਜ਼ਨਸ ਕਰਦਾ ਹੋਵੇ ਸਿਰਫ ਉਸੇ ਬੰਦੇ ਨੂੰ ਮੇਰੀ ਐਡ ਦਿਖਾਇਓ। ਓਕੇ, ਐਮਾਜ਼ੋਨ ਫਿਰ ਕੀ ਫੇਸਬੁੱਕ ਕੀ ਕਰੂਗੀ, ਜਿਹੜਾ ਬੰਦਾ ਉੱਦਾਂ ਦੇ ਘਰ ਸਰਚ ਕਰ ਰਿਹਾ, ਤੁਸੀਂ ਵੀ ਸਾਰਿਆਂ ਨੇ ਦੇਖਿਆ ਹੋਊਗਾ, ਹਾਂ, ਫੇਸਬੁੱਕ ਦੇ ਜਿਹੜਾ ਵੀ ਕੁਛ ਤੁਸੀਂ ਗੂਗਲ 'ਤੇ ਸਰਚ ਕਰਦੇ ਹੋ ਜਾਂ ਹੁਣ ਆਪਾਂ ਮੰਨ ਲਓ ਗੱਲਾਂ ਵੀ ਕਰੀ ਜਾਂਦੇ ਹਾਂ, ਆਪਾਂ ਮਾਈਕਰੋਫੋਨ ਦੀ ਪਰਮਿਸ਼ਨ ਦਿੱਤੀ ਹੁੰਦੀ ਹੈ ਫੇਸਬੁੱਕ ਨੂੰ, ਹੈ ਨਾ, ਫੇਸਬੁੱਕ ਨੇ ਤੁਹਾਡੀ ਉਹ ਗੱਲ ਸੁਣ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ, ਉਹਨਾਂ ਨੇ ਵਰਡ ਜਿਵੇਂ ਆਪਾਂ ਕਹਿੰਦੇ ਹਾਂ ਅਲੈਕਸਾ ਅੱਜ ਕੱਲ੍ਹ ਚੱਲਦਾ, ਹੈ ਨਾ, ਆਪਾਂ ਕੁਛ ਵੀ ਬੋਲਦੇ ਹਾਂ ਤੁਹਾਨੂੰ ਰਾਈਟ ਵੇ ਉਹੀ ਚੀਜ਼ ਚਲਾ ਦਿੰਦੀ ਹੈ, ਉਸੇ ਤਰੀਕੇ ਨਾਲ ਫੇਸਬੁੱਕ ਤੁਹਾਡੀਆਂ ਗੱਲਾਂ ਨੂੰ ਮੋਨੀਟਰ ਕਰਦੀ ਹੈ, ਉਹਨੇ ਤੁਹਾਨੂੰ ਉਹੀ ਐਡ ਕੋ ਡਾਕੂਮੈਂਟਰੀ ਪਈ ਹੈ ਸੋਸ਼ਲ ਡਾਇਲਮਾ ਦੀ ਉਹਦੀ, ਹਾਂਜੀ ਹਾਂਜੀ ਹਾਂਜੀ, ਇੱਦਾਂ ਹੀ ਚੱਲਦਾ ਜਿਹੜਾ ਇਹਦਾ, ਇਹ ਤਾਂ ਚੱਲੀ ਜਾਣਾ ਕੋਈ ਗੱਲ ਨਹੀਂ, ਅਤੇ ਬਾਈ ਕੋਈ ਹੋਰ ਜਿਹੜੀ ਗਲਤੀ ਨਾ ਕਰੀ ਜਾਂ ਕੋਈ ਹੋਰ ਜ਼ਰੂਰੀ ਗੱਲ ਰਹਿ ਗਈ ਹੋਵੇ, ਹੈ ਨਾ, ਬਾਕੀ ਤਾਂ ਗੱਲਾਂ ਰਹੀ ਜਾਂਦੀਆਂ ਮਾੜੀ ਮਾੜੀ। ਗਲਤੀ ਇਹਦੇ ਵਿੱਚ ਸਭ ਤੋਂ ਵੱਡੀ ਆਪਾਂ ਕੀ ਕਰਦੇ ਹਾਂ, ਹੁਣ ਫਰਜ਼ ਕਰੋ ਆਪਾਂ ਕੁਰਸੀਆਂ ਦੀ ਕਰ ਲਈ, ਹੈ ਨਾ, ਕਦੇ ਵੀ ਕਾਪੀ ਕੈਟ ਨਾ ਬਣੂ, ਓਕੇ, ਹੈ ਨਾ, ਤੁਸੀਂ ਹੁਣ ਆਈ ਨਾ ਕਹਿ ਲਓ ਜੀ ਵੀਡੀਓ 'ਚ ਕੁਰਸੀਆਂ 'ਤੇ ਬੂਟ ਗਿਆ ਅਤੇ ਕਵਰ ਗਿਆ, ਤਿੰਨ ਚੀਜ਼ਾਂ ਨਾ ਮੰਗਾਉਣ ਲੱਗ ਜੀ, ਹਾਂਜੀ ਹਾਂਜੀ, ਐਗਜ਼ਾਮਪਲ ਹੈ ਕੁਛ ਵੀ ਹੁੰਦਾ ਦਿਮਾਗ ਕਿੱਥੇ ਚੱਲਦਾ ਜੇ ਹੁਣ, ਹਾਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਫਰਜ਼ ਕਰੋ ਤੁਸੀਂ ਟਰੱਕ ਚਲਾਉਂਦੇ ਹੋ, ਹੈ ਨਾ, ਹਾਂਜੀ ਹਾਂਜੀ, ਤਾਂ ਤੁਸੀਂ ਉਹ ਫੀਲਡ 'ਚੋਂ ਤੁਸੀਂ ਇਹ ਦੇਖਦੇ ਵੀ ਮਾਰਕੀਟ 'ਚੋਂ ਮੈਂ ਟਰੱਕ ਦੇ ਸਪੇਅਰ ਪਾਰਟ ਲਾ ਲਓ ਜਾਂ ਮੈਂ ਟਰੱਕ ਦੀਆਂ ਅਸੈਸਰੀਜ਼ ਲਾ ਲਓ, ਮੈਂ ਵੀ ਇੰਨੀਆਂ ਇੰਨੀਆਂ ਮਹਿੰਗੀਆਂ ਲੈ ਰਿਹਾ, ਤੁਸੀਂ ਉਸ 'ਤੇ ਰਿਸਰਚ ਕਰਨ ਲੱਗ ਜਾਓ ਵੀ ਯਾਰ ਇਹ ਚੀਜ਼ ਕਿੱਥੇ ਬਣੀ ਹੋਊਗੀ। ਫਰਜ਼ ਕਰੋ ਟਰੱਕ ਦੇ ਵਿੱਚ ਤੁਸੀਂ ਕੁਛ ਵੀ ਲਾ ਲਓ, ਤੁਸੀਂ ਕੁਛ ਵੀ ਬਹੁਤ ਸੀਟਾਂ ਦੇ ਕਵਰ ਮੰਨ ਲਓ, ਆਪਾਂ ਮੈਟ ਹੋ ਗਏ ਇੱਕ ਟਰੱਕਾਂ ਵਾਲੇ ਮੈਟ ਹੁੰਦੇ ਅਲੱਗ, ਤੁਸੀਂ ਹੋ ਗਏ ਬੈਠ ਰਹੋ ਕੁਛ ਜਾਂ ਲਾ ਲਓ, ਜਿਵੇਂ ਹੁਣ ਇੱਕ ਦਿਨ ਮੈਂ ਕਿਸੇ ਬੰਦੇ ਨਾਲ ਗੱਲ ਕਰ ਰਿਹਾ ਸੀਗਾ ਆਪਣੀ ਵੀਡੀਓ ਦੇਖ ਕੇ, ਉਹਦੇ ਮੈਨੂੰ ਕਾਲ ਆ ਗਈ, ਹੈ ਨਾ, ਉਹ ਕਹਿੰਦਾ ਵੀਰੇ ਮੈਂ ਕੋਈ ਕੰਮ ਕਰਨਾ, ਗੱਲਾਂ ਗੱਲਾਂ 'ਚ ਮੈਂ ਕਿਹਾ ਵੀਰੇ ਤੁਸੀਂ ਕੀ ਕਰਦੇ ਹੋ, ਕਹਿੰਦਾ ਵੀਰੇ ਮੈਂ ਫਲੈਟ ਬੈੱਡ ਚਲਾਉਣਾ, ਹੈ ਨਾ, ਅਤੇ ਮੈਂ ਕਿਹਾ ਠੀਕ ਹੈ, ਕਿਉਂਕਿ ਮੇਰੀ ਆਦਤ ਹੈ ਮੈਂ ਜਦੋਂ ਵੀ ਵਿਹਲਾ ਬੈਠਾ ਹੋਵਾਂ, ਕਿਉਂਕਿ ਮੈਂ ਇੱਥੇ 7-8 ਸਾਲ ਮੈਂ ਕੁਛ ਨਹੀਂ ਕੀਤਾ, ਮੈਂ ਉਦੋਂ ਘਰੇ ਵਿਹਲਾ ਹੁੰਦਾ ਸੀ, ਜਮਾਂ ਮੈਂ ਟਰੱਕ ਚਲਾਉਂਦਾ ਸੀ, ਛੇ ਮਹੀਨੇ ਮੈਂ ਵਿਹਲਾ ਹੁੰਦਾ ਸੀ, ਅਤੇ ਮੈਂ ਉਹ ਟਾਈਮ ਨੂੰ ਮੈਂ ਯੂਜ਼ ਕਰਦਾ ਸੀ, ਮੈਂ ਕੋਈ ਵੀ ਇੱਕ ਪ੍ਰੋਡਕਟ ਲੈ ਕੇ ਮੈਂ ਰਿਸਰਚ ਕਰਨ ਲੱਗ ਜਾਂਦਾ ਸੀ ਵੀ ਕਿੱਥੋਂ ਸਸਤਾ ਮਿਲਦਾ, ਇਹਦਾ ਸੇਲ ਪ੍ਰਾਈਜ਼ ਕੀ ਹੈ, ਇਹ ਬਣਿਆ ਕਿੰਨੇ ਦਾ ਹੋਊਗਾ, ਉਹਦੀ ਪੂਰੀ ਡਿਟੇਲ 4-5 ਦਿਨ 'ਚ ਤੁਹਾਨੂੰ ਪਤਾ ਲੱਗ ਜਾਂਦੀ ਹੈ। ਹੁਣ ਫਲੈਟ ਬੈੱਡ ਦੇ ਉੱਪਰ ਨਾ ਆਪਾਂ ਤਰਪਾਲ ਪਾਉਣੇ ਆ, ਬਿਲਕੁਲ ਪਾਉਣੇ ਆ ਨਾ, 3 ਹੁੰਦੀਆਂ ਨੇ ਇੱਕ ਟਰੱਕ 'ਤੇ, ਉਹਦੀ ਜਿਹੜੀ ਮੈਨੂਫੈਕਚਰਿੰਗ ਕੋਸਟ ਆ ਉਹ $150 to $200 ਹੈ ਤਿੰਨਾਂ ਦੀ। ਓਕੇ, ਅਤੇ ਜੇ ਤੁਸੀਂ ਅਲਬਰਟਾ ਦੇ ਵਿੱਚ ਲੈਣੀ ਆ ਤਾਂ $1,500 to $1,800 ਦੀ ਵਿਕਦੀਆਂ ਉਹ, ਇੱਥੇ ਆਪਣੇ ਇੱਕ ਦੋ ਬੰਦੇ ਨੇ ਉਹਨੂੰ $1,100 to $1,200 ਦੀ ਸੈੱਲ ਕਰਦੇ ਨੇ। ਹੁਣ ਜੇ ਤੁਸੀਂ ਫਲੈਟ ਬੈੱਡ ਦਾ ਕੰਮ ਕਰਦੇ ਹੋ, ਫਲੈਟ ਬੈੱਡ ਵਾਲੇ ਨੂੰ ਪਤਾ ਉਹ ਤਰਪਾਲ ਦਾ, ਹੈ ਨਾ, ਵੀ ਇਹਦੀ ਕਿੰਨੀ ਜ਼ਿਆਦਾ ਲੋੜ ਆ ਲੋਕਾਂ ਨੂੰ, ਤੁਸੀਂ ਉਹ ਤਰਪਾਲ ਦਾ ਕੰਮ ਸ਼ੁਰੂ ਕਰ ਸਕਦੇ ਹੋ। ਟਰੱਕ GPS ਹੋ ਗਏ ਬਾਈ, ਸਟੀਅਰਿੰਗ ਵੀਲ ਹੋ ਗਿਆ, ਸਟੀਅਰਿੰਗ ਵੀਲ ਹੋ ਗਿਆ, ਬਹੁਤ ਕੁਝ ਆ ਜਾਂਦਾ, ਬਹੁਤ ਕੁਝ ਵੀ, ਬਹੁਤ ਕੁਝ ਉਸੇ ਤਰੀਕੇ ਨਾਲ। ਹੁਣ ਫਰਜ਼ ਕਰੋ ਜੇ ਤੁਸੀਂ ਕੋਈ ਹੋਰ ਬਿਜ਼ਨਸ ਕਰਦੇ ਹੋ, ਹੁਣ ਫਰਜ਼ ਕਰੋ ਤੁਸੀਂ ਹੋ, ਹੈ ਨਾ, ਤੁਸੀਂ ਹੁਣ ਆਪਣਾ ਤੁਹਾਡਾ ਬਲੌਗਿੰਗ ਦਾ ਬਿਜ਼ਨਸ ਆ, ਹੁਣ ਬਲੌਗਿੰਗ ਦੇ ਵਿੱਚ ਤੁਸੀਂ ਜਿਹੜੇ ਆ ਇੰਸਟਰੂਮੈਂਟ ਯੂਜ਼ ਕਰਦੇ ਹੋ, ਬਿਲਕੁਲ, ਬਹੁਤ ਜਿਵੇਂ ਆਪਣੀ ਰਿੰਗ ਲਾਈਟ ਹੋ ਗਈ, ਰਿੰਗ ਲਾਈਟ, ਮਾਈਕ੍ਰੋਫੋਨ ਹੋ ਗਏ, ਸਟੈਂਡ ਹੋ ਗਏ, ਕਿਉਂਕਿ ਤੁਹਾਨੂੰ ਇਹ ਪਤਾ ਹੁੰਦਾ ਵੀ ਸਾਡੇ ਫੀਲਡ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਤੇ ਕਿੰਨੇ ਦੀਆਂ ਵਿਕਦੀਆਂ ਨੇ, ਅਤੇ ਜੇ ਮੈਂ ਉਹਨੂੰ ਇੰਨੇ ਪ੍ਰਾਈਸ ਦੀਆਂ ਮੰਗਾਵਾਂ ਤਾਂ ਮੈਂ ਉਹਨੂੰ ਕਿੰਨੇ ਦੀਆਂ ਵੇਚ ਸਕਦਾ। ਕਹਿਣ ਦਾ ਮਤਲਬ ਆਪਦੇ ਫੀਲਡ ਦੇ ਵਿੱਚ ਹੀ ਰਹੋ, ਜਦੋਂ ਤੁਸੀਂ ਆਪਦੇ ਫੀਲਡ ਤੋਂ ਬਾਹਰ ਜਾਓਗੇ ਕਿਸੇ ਨੂੰ ਦੇਖ ਕੇ, ਤੁਸੀਂ ਇੱਕ ਵਾਰੀ ਇਹ ਤਾਂ ਦੇਖ ਲਓਗੇ ਵੀ ਯਾਰ ਜੇ ਇਹ ਬੰਦਾ ਵੇਚੀ ਜਾਂਦਾ ਮੈਂ ਵੀ ਵੇਚ ਲੂੰ, ਪਰ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਉਹਦੇ ਪਿੱਛੇ ਦੀ ਕੀ ਕਹਾਣੀ ਹੈ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਚਲੋ ਜੀ ਬਾਈ, ਬਾਈ ਦੇ ਕਹਿਣ ਦਾ ਵੀ ਕਾਪੀ ਕਾਰਡ ਨਾ ਬਣਿਓ, ਜੋ ਤੁਹਾਡੀ ਤੁਹਾਡੀ ਸ਼ਾਇਦ ਤੁਹਾਡੇ 'ਚ ਕ੍ਰੀਏਟੀਵਿਟੀ ਸਾਡੇ ਨਾਲੋਂ ਵੱਧ ਹੋਵੇ। ਹਾਂਜੀ ਹਾਂਜੀ, ਹੈ ਨਾ, ਅਤੇ ਬਾਕੀ ਕੋਈ ਗੱਲਬਾਤ ਹੋਈ ਬਾਈ ਦੀਪ ਨੂੰ ਮੈਸੇਜ ਜ਼ਰੂਰ ਕਰ ਲਿਓ ਇੰਸਟਾਗ੍ਰਾਮ 'ਤੇ, ਜੇ ਕਿਸੇ ਨੇ ਸਮਾਨ ਮੰਗਾਉਣਾ ਹੋਵੇ ਬਾਈ, ਬਾਈ ਨੂੰ ਮੈਸੇਜ ਕਰ ਲਓ, ਏਜੰਟ ਵਗੈਰਾ। ਇੱਕ ਬਾਈ ਵੀ ਗੱਲ ਦੱਸੋ, ਹਾਂਜੀ, ਹੁਣ ਇੰਨੇ ਏਜੰਟ ਤਾਂ ਪਾਵਾਂਗੇ, ਇੱਕ ਦੀ ਬਾਈ ਇੱਕ ਨਾਲ ਹੀ ਸਰਦਾ ਸਰਜਨ ਦਾ ਵੀ ਇੱਕ ਨੂੰ ਕਰ ਲਈਏ, ਸਾਰਾ ਨਿਬੇੜਦੀ ਇੱਕ ਹੀ ਨਿਬੇੜਦੇ ਵੀ, ਉੱਥੇ ਉੱਥੇ ਤੱਕ ਤੂੰ ਹੀ ਨਿਬੇੜਦੇ ਭਰਾਵਾ ਤੁਸੀਂ। ਹਾਂ, ਤੁਸੀਂ ਅਸੀਂ ਨਾ ਸੋਚ ਰਹੇ ਹਾਂ, ਇੱਕ ਮੇਰਾ ਫਰੈਂਡ ਆ ਮੁੰਡਾ, ਅਸੀਂ ਇੰਪੋਰਟ ਐਕਸਪੋਰਟ ਦਾ ਹਜੇ ਸੋਚ ਰਹੇ ਹਾਂ, ਕਿਉਂਕਿ ਅਸੀਂ ਬਹੁਤ ਜ਼ਿਆਦਾ ਮਾਲ ਮੰਗਾਉਂਦੇ ਹਾਂ, ਹੈ ਨਾ, ਹੁਣ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਮੰਗਾਉਂਦੇ ਰਹਿੰਦੇ ਹਾਂ ਦੇਖਣ ਵਾਸਤੇ ਵੀ ਕਿੱਦਾਂ ਦੀ ਹੈ, ਵੀ ਜਿਹੜੀ ਵੀ ਸਾਨੂੰ ਚੀਜ਼ ਲੱਗਦੀ ਹੈ ਵੀ ਅਸੀਂ ਇਹ ਵੇਚ ਸਕਦੇ ਹਾਂ, ਅਸੀਂ ਉਹੀ ਕੰਮ ਸ਼ੁਰੂ ਕਰ ਲੈਂਦੇ ਹਾਂ। ਓਕੇ, ਅਤੇ ਜੇ ਤੁਸੀਂ ਤੁਹਾਨੂੰ ਤੁਹਾਡੀ ਫੀਲਡ ਦੇ ਵਿੱਚ ਪਤਾ ਗਾ ਵੀ ਯਾਰ ਆਹ ਪ੍ਰੋਡਕਟ 'ਚ ਬਹੁਤ ਮੈਂ ਕਮਾਈ ਕਰ ਸਕਦਾ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ, ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਪ੍ਰੋਡਕਟ ਲੱਭਣ 'ਚ, ਮੰਗਾਉਣ 'ਚ, ਤੁਹਾਡੇ ਬਿਹਾਫ 'ਤੇ ਅਸੀਂ ਕਸਟਮ ਕਲੀਅਰੈਂਸ ਕਰਵਾਵਾਂਗੇ। ਭੈਣਾਂ ਦਾ ਮੈਸੇਜ ਆਉਂਦਾ ਸੀ ਕਿਵੇਂ ਸਟਾਰਟ ਕਰੀਏ, ਵੀਰ ਨੂੰ ਮੈਸੇਜ ਕਰ ਲਿਓ, ਹਾਂਜੀ, ਕੁੜੀਆਂ ਦੇ ਰਿਗਾਰਡਿੰਗ ਬਹੁਤ ਸਮਾਨ ਹੁੰਦਾ, ਭੈਣਾਂ ਨੂੰ ਆਪ ਨੂੰ ਪਤਾ ਕਾਂਟੇ ਕੁੰਟੇ ਲਾਟਰ ਬਟਨ ਫਾਫਾ ਹੁੰਦਾ, ਹਾਂਜੀ ਹਾਂਜੀ ਹਾਂਜੀ, ਸਾਰਾ ਸੁਰਖੀ ਬਿੰਦੀ ਸਭ ਮਈ ਆ ਜਾਂਦਾ ਹੁੰਦਾ, ਇੱਥੇ ਸਸਤਾ ਮਿਲ ਜੂ, ਹੈ ਨਾ,
ਜ਼ਰੂਰ ਕੰਨੀ ਪਾ ਕੇ ਆਪਦੇ ਮਤਲਬ ਕਿ ਜ਼ਿੰਦਗੀ ਤਾਰ ਲੈ ਕੇ ਇੱਕ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਜੀ ਆਪਾਂ ਕਿਉਂਕਿ ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਆਇਆ ਸੀ ਹਨਾ ਹਾਂਜੀ ਹਾਂਜੀ ਇਹ ਇੱਦਾਂ ਦੀ ਕੰਟਰੀ ਹੈ ਵੀ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ ਤੁਹਾਡੇ ਇੰਨੀ ਜ਼ਿਆਦਾ ਖਰਚੇ ਹੋ ਜਾਂਦੇ ਆ ਵੀ ਉਹ ਤੁਹਾਨੂੰ ਨਾ ਨਿਕਲਣ ਹੀ ਨਹੀਂ ਦਿੰਦੇ ਫਰਜ਼ ਕਰੋ ਇੱਕ ਬੰਦਾ $6,000 ਬਣਾਉਣ ਲੱਗ ਗਿਆ ਜਿੱਦਣ ਉਹ $3,000 ਬਣਾਉਂਦਾ ਸੀਗਾ ਉਦਣ ਉਹਦੀਆਂ ਖੁਆਇਸ਼ਾਂ ਹੋਰ ਸੀ ਕੁਛ ਜਿੱਦਣ ਉਹ $6,000 ਬਣਾਉਣ ਲੱਗ ਗਿਆ ਉਹਦੀਆਂ ਖੁਆਇਸ਼ਾਂ ਇੰਨੀਆਂ ਜ਼ਿਆਦਾ ਹੋ ਜਾਂਦੀਆਂ ਵੀ ਉਹਨੇ ਸਾਰਾ $6,000 ਖਿਲਾਰ ਦੇਣਾ ਜਦੋਂ ਆਇਆ ਹੈ ਨਾ ਇੱਦਾਂ ਹੀ ਹੁੰਦਾ ਬਈ ਅਤੇ ਬਟ ਜਦੋਂ ਤੁਸੀਂ ਐਜ਼ ਏ ਸਟੂਡੈਂਟ ਆਉਂਦੇ ਹੋ ਤੁਸੀਂ ਵਰਕ ਪਰਮਿਟ 'ਤੇ ਹੁੰਦੇ ਹੋ 3 ਸਾਲ ਕਿਉਂਕਿ ਤੁਹਾਡੀ ਫੈਮਿਲੀ ਨਹੀਂ ਆਈ ਹੁੰਦੀ ਤੁਸੀਂ ਹਜੇ ਘਰ ਨਹੀਂ ਲਿਆ ਹੁੰਦਾ ਬਟ ਕਮਾਈ ਤਾਂ ਤੁਹਾਡੀ ਬਰਾਬਰ ਹੀ ਹੈ ਇੱਕ ਬੰਦੇ ਨੇ ਘਰ ਲਿਆ ਫਰਜ਼ ਕਰੋ ਤੁਸੀਂ ਹੁਣ ਟਰੱਕ ਚਲਾਉਂਦੇ ਹੋ ਹੈ ਨਾ ਤੁਸੀਂ ਵਰਕ ਪਰਮਿਟ 'ਤੇ ਇਕੱਲੇ ਹੋ ਚਲੋ ਤੁਸੀਂ ਇੰਡੀਆ ਵੀ ਪੈਸੇ ਭੇਜਣੇ ਹੋਣਗੇ ਉਹ ਅੱਡ ਗੱਲ ਆ ਬਟ ਤੁਹਾਡਾ ਕੋਈ ਖਰਚਾ ਨਹੀਂ ਹੈ ਇੱਥੇ ਫਿਰ ਆਪਾਂ ਕੀ ਕਰਦੇ ਹਾਂ ਆਪਾਂ ਜਦੋਂ ਇੰਨੇ ਪੈਸੇ ਕਮਾਉਣ ਲੱਗ ਜਾਂਦੇ ਆਪਾਂ ਫਾਲਤੂ ਚੀਜ਼ਾਂ ਹਨਾ ਆਪਦੂ ਗੱਡੀ ਚੱਕ ਲਈ ਹਾਂ ਮਹਿੰਗੀ ਗੱਡੀ ਚੱਕ ਲਈ ਜਾਂ ਕੁਛ ਵੀ ਲਾ ਲਓ ਹਨਾ ਕੋਈ ਇਹ ਨਹੀਂ ਕਹਿੰਦੇ ਗੱਡੀ ਮਹਿੰਗੀ ਚੱਕਣੀ ਨਹੀਂ ਚਾਹੀਦੀ ਚੱਕੋ ਜ਼ਰੂਰ ਬਟ ਥੋੜ੍ਹਾ ਜਿਹਾ ਪਲੈਨਿੰਗ ਕਰੋ ਤੁਸੀਂ ਕਿਉਂਕਿ ਉਹ ਜਿਹੜੇ 3 ਸਾਲ ਨੇ ਜੇ ਤੁਸੀਂ ਉਹ 3 ਸਾਲ ਦੇ ਵਿੱਚ ਕੋਈ ਕੰਮ ਸ਼ੁਰੂ ਕਰ ਲਿਆ ਇੱਥੇ ਤਾਂ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਵੀ ਇੱਥੇ ਜਿੰਨੇ ਵੀ ਬਿਜ਼ਨਸ ਨੇ ਹਨਾ ਲੋਕ ਕਰ ਰਹੇ ਨੇ ਕਿੰਨੇ ਕੁ ਬੰਦੇ ਫੇਲ ਹੁੰਦੇ ਨੇ 99% ਇੰਡੀਆ ਦੇ ਵਿੱਚ ਇਹ ਹੁੰਦਾ ਵੀ 99% ਬਿਜ਼ਨਸ ਫੇਲ ਹੁੰਦੇ ਨੇ ਇੱਥੇ ਇੱਦਾਂ ਦਾ ਕੰਮ ਹੈ ਹਾਂ ਇੱਥੇ ਕੰਪੀਟੀਸ਼ਨ ਨਹੀਂ ਹੈਗਾ ਕਿਸੇ ਵੀ ਮਾਰਕੀਟ ਦੇ ਵਿੱਚ ਬਹੁਤ ਘੱਟ ਕੰਪੀਟੀਸ਼ਨ ਹੈ ਬਿਕੋਜ਼ 99% ਲੋਕ ਇੱਥੇ ਕੰਮਾਂ 'ਚ ਹੀ ਰੁੱਝੇ ਹੋਏ ਨੇ ਆਪਦੇ ਉਹਨਾਂ ਕੋਲ ਟਾਈਮ ਨਹੀਂ ਹੈਗਾ ਵੀ ਅਸੀਂ 2 ਮਹੀਨੇ ਘਰੇ ਬੈਠੀਏ ਜਾਂ ਵੀ ਸਾਰੇ ਬਿਜ਼ੀ ਆ ਹਾਂਜੀ ਸਾਰੇ ਬਿਜ਼ੀ ਆ ਬਟ ਜਿਹੜਾ ਇੱਕ ਸਟੂਡੈਂਟ ਜਦੋਂ ਵਰਕ ਪਰਮਿਟ ਦੇ ਆ ਜੇ ਤੁਸੀਂ 6 ਮਹੀਨੇ ਦੱਬ ਕੇ ਲਾ ਲਏ ਤੁਸੀਂ ਹੁਣ ਆਪਾਂ ਜਿਹੜੀ ਇੰਪੋਰਟ ਐਕਸਪੋਰਟ ਪੜ੍ਹੇ ਹਾਂ IBM ਦਾ ਕੋਰਸ ਲੈਂਦੇ ਆ ਉਰੇ ਓਕੇ 50% ਬੱਚੇ IBM ਕਰਦੇ ਨੇ ਹਨਾ ਮੈਂ ਵੀ IBM ਕੀਤਾ IBM ਦੇ ਵਿੱਚ ਇਕੱਲੀ ਟਰਮ ਪੜ੍ਹਾਈ ਜਾਂਦੀ ਆ ਵੀ ਸ਼ਿਪਿੰਗ ਕਿਵੇਂ ਹੁੰਦੀ ਆ ਕਿੰਨੇ ਕੁ ਦਾ ਹੁੰਦਾ ਕੋਰਸ ਉਹ ਕੋਰਸ ਵੀਰੇ ਨੋਰਮਲ ਬੱਚੇ ਜਿਹੜੇ ਇੰਡੀਆ ਤੋਂ ਆਉਂਦੇ ਨੇ ਉਹ IBM ਲੈ ਸਕਦੇ ਨੇ ਇੱਥੇ ਓਕੇ ਸਾਲ ਦੀ 1 ਸਾਲ ਦਾ ਕੋਰਸ ਹੈ 2 ਸਾਲ ਦਾ ਕੋਰਸ ਆਪਾਂ ਬਿਜ਼ਨਸ ਲੈਣੇ ਨੇ ਆਪਾਂ ਗੱਲ ਕਰਨੇ ਭੁੱਲ ਗਏ ਵਿਚਾਰੇ ਕਿ ਜਿਹੜਾ ਖਰਚਾ ਵੈਸੇ ਬਾਹਲਾ ਤਾਂ ਨਹੀਂ ਆਉਂਦਾ ਜਿਵੇਂ ਆਪਾਂ ਜੇ ਕਹਿ ਦਈਏ ਵੀ ਆਪਾਂ ਵੈਸੇ ਗੱਲ ਕਵਰ ਕੀਤੀ ਜਿਵੇਂ ਕੰਟੇਨਰ ਤੇ ਅੱਜ ਕੱਲ ਬਾਹਲਾ ਆ ਰਿਹਾ ਹਾਂਜੀ ਹਾਂ ਕਰੋਨਾ ਕਰੋਨਾ ਛੱਡ ਕੇ ਜਾ ਕੋਈ ਛੱਡ ਕੇ ਨੋਰਮਲ ਕਿੰਨਾ ਕ ਆਉਂਦਾ ਜੇ ਆਪਾਂ ਸਮਾਨ ਕੰਟੇਨਰ ਮੰਗਾਈਏ 3500 ਹੀ ਆਉਂਦਾ ਬਸ 20 ਫੁੱਟਾ ਹਾਂਜੀ ਇਹ ਸਾਰੇ ਜੋ ਅਸੀਂ ਤੁਹਾਨੂੰ ਰੇਟ ਦੱਸ ਰਹੇ $US ਦੇ ਵਿੱਚ ਪ੍ਰਾਈਸ ਆ ਹਾਂ ਨੋਰਮਲ 20 ਫੁੱਟ ਕੰਟੇਨਰ ਦਾ ਆਈਟਮ ਤੇ ਵੀ ਡਿਪੈਂਡ ਕਰਦਾ ਆਈਟਮ ਤੇ ਤਾਂ ਇਹ ਡਿਪੈਂਡ ਕਰਦਾ ਵੀਰੇ ਤੁਸੀਂ ਕਿੱਦਾਂ ਦੀ ਚੀਜ਼ ਇੰਪੋਰਟ ਕਰਨੀ ਆ ਓਕੇ ਹਨਾ 99% ਤੁਸੀਂ ਕੰਟੇਨਰ ਨਹੀਂ ਮੰਗਾਓਗੇ ਤੁਸੀਂ LCL ਲੋਡ ਬੋਲਦੇ ਨੇ ਲੈਸ ਦੈਨ ਕੰਟੇਨਰ ਹਨਾ ਉਹਦੇ ਵਿੱਚ ਤੁਸੀਂ CBM ਹਨਾ ਥੋੜੀ ਕੁਆਂਟੀਟੀ ਤੇ ਡਿਪੈਂਡ ਕਰਦਾ CBM ਹੁੰਦੀ ਹੈ 1 ਕਿਊਬਿਕ ਮੀਟਰ ਹਾਂ ਫੋਟੋ ਪਾਉਣ ਵਿੱਚ ਹਾਂ 1 ਮੀਟਰ ਤੁਸੀਂ ਲਾ ਲਓ ਕਿੰਨਾ ਹੁੰਦਾ ਇਹ 1 ਕਿਊਬਿਕ ਮੀਟਰ ਜਿਹੜਾ ਹੁੰਦਾ ਕਿਊਬ ਬਣਾ ਲਓ ਮੀਟਰ ਦਾ ਤੁਸੀਂ 19 ਸਪੇਸ ਦੇ ਵਿੱਚ ਤੁਹਾਡਾ ਕਿੰਨਾ ਸਮਾਨ ਆ ਜਾਊਗਾ ਹੁਣ ਫਰਜ਼ ਕਰੋ ਜੇ ਕਿਸੇ ਨੇ ਫੋਨ ਕਵਰ ਮੰਗਾਉਣੇ ਆ ਤਾਂ 1 CBM ਦੇ ਵਿੱਚ ਤੁਸੀਂ 10,000 ਫੋਨ ਕਵਰ ਮੰਗਾ ਸਕਦੇ ਹੋ ਹਨਾ 1 CBM ਦੀ $2,250 ਸ਼ਿਪਿੰਗ ਕਾਸਟ ਹੈ ਹੁਣ ਜੇ ਮੰਨ ਲਓ ਤੁਸੀਂ ਮੰਨ ਕੇ ਚੱਲੋ ਵੀ 10,000 ਫੋਨ ਕਵਰ ਮੰਗਾਉਣਾ ਤਾਂ $300 'ਚ ਇੱਥੇ ਸ਼ਿਪ ਹੋ ਜਾਣਾ ਡਾਲਰ ਸਵਾ ਡਾਲਰ ਦਾ ਉਹਦੀ ਮੈਨੂਫੈਕਚਰਿੰਗ ਕਾਸਟ ਹੈ ਫਿਰ ਬੋਲਾ ਬਾਈ ਯਾਰ ਹਣਾ ਜੇ ਕੋਈ ਗੱਲ ਨਹੀਂ ਕਿਹੜਾ ਬੰਦਾ ਜਮਾ ਕੇ ਦੇਖ ਲੇ ਕੋਈ ਚੱਕਰ ਨਹੀਂ ਮੰਨ ਲਓ ਜੇ ਤੁਹਾਡਾ ਫੇਲ ਵੀ ਹੁੰਦਾ ਕੋਈ ਬਹੁਤ ਕੁਛ ਹੈ ਬਾਈ ਤੁਸੀਂ ਫੇਲ ਹੁੰਦਾ ਹੀ ਨਹੀਂ ਹਾਂਜੀ ਹਾਂਜੀ ਇਹ ਕਾਹਨੂੰ ਆਪਾਂ ਤੁਸੀਂ ਐਕਟਿਵ ਕਰਨਾ ਸਮਝ ਇੰਨਾ ਕੁ ਸਿੱਖੋਗੇ ਹੁਣ ਆਪਾਂ ਸਟੱਡੀ ਤੇ 8,000 ਡਾਲਰ ਲਾ ਦਿੰਦੇ ਆ ਇੱਥੇ ਹਨਾ 8,000 ਇੱਕ ਸਾਲ ਦੀ ਫੀਸ ਹਾਂ ਹਨਾ ਆਪਾਂ ਹਾਂ ਪੁੱਛ ਕੁਛ ਨਹੀਂ 8,000 ਤਾਂ ਵੈਸੇ ਹੈ ਨਹੀਂ 12,000 ਲੱਗ ਜਾਂਦਾ ਇੱਕ ਸਾਲ ਦੀ ਫੀਸ ਹਾਂਜੀ ਹਾਂਜੀ ਖਰਚੇ ਖੁਰਚੇ ਸਾਈਡ ਤੇ ਨੇ $24,000 ਲੱਗ ਜਾਂਦਾ ਹਾਂਜੀ 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 ਹੁਣ ਜੇ ਤੁਸੀਂ 2-3 ਦੋਸਤ ਇਕੱਠੇ ਰਹਿੰਦੇ ਹੋ ਹਨਾ ਜਦੋਂ ਤੁਸੀਂ ਬੈਠ ਕੇ ਮਜ਼ਾਕ ਕਰਦੇ ਹੋ ਇੱਕ ਦੂਜੇ ਨਾਲ ਹਨਾ ਲੱਤਾਂ ਖਿੱਚਦੇ ਹੋ ਇੱਕ ਦੂਜੇ ਦੀਆਂ ਤੁਸੀਂ ਇਕੱਠੇ ਬਹਿ ਕੇ ਗੱਲਾਂ ਕਰੋ ਵੀ ਯਾਰ ਆਪਾਂ ਆਹ ਕੰਮ ਕਰ ਸਕਦੇ ਹਾਂ ਪਹਿਲਾਂ ਤੁਸੀਂ ਆਪਦਾ ਐਟਮੋਸਫੀਅਰ ਉਦਾਂ ਦਾ ਬਣਾਓ ਜਿੰਨਾ ਚਿਰ ਤੁਸੀਂ ਐਟਮੋਸਫੀਅਰ ਨਹੀਂ ਆਪਦੇ ਆਸੇ ਪਾਸੇ ਵਾਲਾ ਉਦਾਂ ਦਾ ਬਣਾਉਂਦੇ ਉਹਨਾਂ ਚਿਰ ਤੁਹਾਨੂੰ ਕਈ ਮੈਂ ਬੰਦੇ ਇਹੋ ਜਿਹੇ ਦੇਖੇ ਨੇ ਵੀਰੇ ਤੁਸੀਂ ਮੈਂ ਤੁਹਾਨੂੰ ਆਪਦੀ ਉਹ ਗੱਲ ਦੱਸਦਾ ਮੈਂ ਬੜੇ ਪ੍ਰੋਡਕਟ ਸੀਗੇ ਜਿਹੜੇ ਮੈਂ ਕੰਮ ਕਰਨਾ ਚਾਹੁੰਦਾ ਸੀ ਹਨਾ ਬਟ ਜਦੋਂ ਮੈਂ ਟਰੈਕਿੰਗ 'ਚ ਹੁੰਦਾ ਸੀ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਸੀਗਾ ਮੇਰਾ ਹਾਲ ਦੇਖ ਲਾ ਹਨਾ ਕੁਦਰਤੀ ਚਲੋ ਮੈਂ ਪੋਜ਼ਿਟਿਵ ਗਿਣਦਾ ਵੀ ਰੱਬ ਨੇ ਮੈਨੂੰ ਮੌਕਾ ਇਦਾਂ ਦਾ ਦਿੱਤਾ ਵੀ 1-2 ਸਾਲ ਮੈਂ ਇੱਥੇ ਕੁਛ ਨਹੀਂ ਕਰ ਸਕਦਾ ਮੈਂ ਵਿਹਲਾ ਸੀ ਜਮਾਂ ਹਨਾ ਉਹ ਟਾਈਮ ਫਿਰ ਮੈਂ ਇਹ ਚੀਜ਼ਾਂ 'ਤੇ ਲਾਇਆ ਹਨਾ ਇਕੱਲੀ ਚੀਜ਼ ਸਿੱਖਣ 'ਤੇ ਲਾਇਆ ਅਤੇ ਹੁਣ ਅੱਜ ਦੀ ਡੇਟ 'ਚ ਗੱਲ ਇਹ ਹੁੰਦਾ ਵੀ ਇੱਕ ਬੰਦਾ ਕਿੰਨੇ ਕੁ ਕੰਮ ਕਰ ਸਕਦਾ ਹਨਾ ਮੇਰਾ ਜੀ ਬਹੁਤ ਕਰਦਾ ਹੁੰਦਾ ਮੈਂ ਕੋਈ ਵੀ ਕੰਮ ਵੀ ਮੈਂ ਆਹ ਕੰਮ ਵੀ ਕਰ ਲਾਂ ਮੈਂ ਆਹ ਕੰਮ ਵੀ ਕਰ ਲਾਂ ਉਹ ਬੰਦਾ ਉਹੋ ਜਿਹਾ ਹੋ ਜਾਂਦਾ ਹਾਂ ਹਾਂ ਬਟ ਉਹ ਆਪਦੇ ਆਪ ਨੂੰ ਐਂ ਬੰਨ ਕੇ ਰੱਖਣਾ ਪੈਂਦਾ ਗਾ ਵੀ ਪਹਿਲਾਂ ਜਿਹੜਾ ਕੰਮ ਸ਼ੁਰੂ ਕੀਤਾ ਪਹਿਲਾਂ ਇਹਨੂੰ ਸਿਰੇ ਲਾਓ ਫਿਰ ਹੋਰ ਕੋਈ ਪੰਗਾ ਲਿਓ ਚਲੋ ਬਾਈ ਚਲੋ ਗੱਲਾਂ ਤਾਂ ਬਹੁਤ ਕਹਿਣ ਵਾਲੀਆਂ ਪਰ ਜਿਹੜੇ ਵੀਰ ਸਟੂਡੈਂਟ ਨੇ ਜਾਂ ਵਰਕ ਪਰਮਿਟ ਦੇ ਨੇ ਵੇਲੇ ਬਾਈ ਇੱਧਰ ਲਾਓ ਦਿਮਾਗ ਹਨਾ ਆਪਦਾ ਪੈਰ ਤੁਹਾਨੂੰ ਹਾਂ ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਹੈ ਠੀਕ ਹੈ ਨਾ ਕਿਉਂਕਿ 99% ਇਹ ਗੱਲਾਂ ਕੋਈ ਦੱਸਦਾ ਨਹੀਂਗਾ ਕੋਈ ਨਹੀਂ ਦੱਸਦਾ ਹਨਾ ਹਰ ਕੋਈ ਡਰਦਾ ਫਰਜ਼ ਹੁਣ ਬਹੁਤੇ ਤਾਂ ਬਈ ਰੀਅਲ ਸਟੇਟ ਦਾ ਕੋਰਸ ਕਰਦੇ ਉਹ ਵੀ ਨਹੀਂ ਦੱਸਦੇ ਹਨਾ ਵੀਰੇ ਹੁਣ ਮੈਂ ਤੁਹਾਨੂੰ ਰੀਅਲ ਸਟੇਟ ਦੀ ਗੱਲ ਦੱਸਦਾ ਮੈਂ ਜਿੱਦਣ ਮੈਂ ਸਭ ਤੋਂ ਪਹਿਲਾਂ ਅਸੀਂ ਮੈਂ ਕਿਸੇ ਮਾਮਾ ਜੀ ਕੋਲੇ ਰਹਿੰਦਾ ਸੀ ਅਸੀਂ ਕਿਸੇ ਪਾਰਟੀ 'ਚ ਗਏ ਹਨਾ ਹਾਂਜੀ ਉੱਥੇ ਬਹੁਤ ਲੋਕ ਬੈਠੇ ਸੀ
ਕਿਉਂਕਿ ਇਹ 'ਚ ਪੈਸੇ ਬਹੁਤ ਨੇ ਕੰਮ 'ਚ ਵੈਸੇ ਵੀ। ਉਦੋਂ ਮੁੜ ਕੇ ਕੀ ਹੋਇਆ, ਜਦੋਂ ਮੈਂ ਐਡਮਿੰਟਨ ਚਲਿਆ ਗਿਆ, ਮੇਰੇ ਬ੍ਰਦਰ ਨੇ ਉੱਥੇ ਘਰ ਲਿਆ ਸੀ ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਰਿਐਲਟਰ ਨਾਲ ਮੇਰੀ ਗੱਲ ਕਰਾ, ਆਪਾਂ ਰਿਐਲਟਰ ਤੋਂ ਸਲਾਹ ਲੈਂਦੇ ਹਾਂ ਵੀ ਮੈਂ ਕੰਮ ਕਰਾਂ ਕਿ ਨਾ ਕਰਾਂ। ਉਹ ਰਿਐਲਟਰ ਦੇ 12 ਘਰ ਸੀਗੇ ਐਡਮਿੰਟਨ ਦੇ ਵਿੱਚ, ਹੈ ਨਾ। ਓਕੇ, ਮੈਂ ਨਾਂ ਨਹੀਂ ਲੈਂਦਾ ਚੱਲ ਉਹਦਾ, ਬਟ ਉਹ ਬੰਦੇ ਨੇ ਮੈਨੂੰ ਰਾਏ ਦਿੱਤੀ, ਕਹਿੰਦਾ ਅਰੇ ਵੀ ਕੰਮਾਂ 'ਚੋਂ ਕੰਮ ਹੈ, ਇਹ ਆਏ ਆ, ਕਹਿੰਦਾ ਕਿੱਥੋਂ ਬੰਦੇ ਕਿੱਥੋਂ ਲੱਭੇਗਾ ਤੂੰ, ਕਹਿਣ ਦਾ ਮਤਲਬ ਇੰਡਾਇਰੈਕਟਲੀ ਉਹਨੇ ਮੈਨੂੰ ਡੀਮੋਟੀਵੇਟ ਕੀਤਾ। ਬਟ ਕਿਉਂਕਿ ਮੇਰਾ ਸੇਲਸ ਦਾ ਬੈਕਗਰਾਊਂਡ ਸੀ, ਹੈ ਨਾ, ਮੈਨੂੰ ਕੋਈ ਮਰਜ਼ੀ ਡੀਮੋਟੀਵੇਟ ਕਰੀ ਚੱਲੇ, ਆਪਾਂ ਉਹ ਤੋਂ ਜਿਹੜੀ ਚੀਜ਼ ਪੁੱਛਣੀ ਹੁੰਦੀ ਹੈ ਜੇ ਉਹ ਬੰਦਾ ਨਾ ਵੀ ਕਰਦੇ ਆਪਾਂ ਨੂੰ ਪਤਾ ਲੱਗ ਜਾਏ, ਹੈ ਨਾ। ਕਹਿਣ ਦਾ ਮਤਲਬ ਤੁਹਾਨੂੰ ਡੀਮੋਟੀਵੇਟ ਕਰੂਗਾ, ਤੁਸੀਂ ਕਿਸੇ ਨੂੰ ਵੀ ਪੁੱਛੋਗੇ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ, ਦੱਸਦਾ ਨਹੀਂ ਬਾਈ, ਕੋਈ ਨਹੀਂ ਦੱਸਦਾ ਇੱਥੇ, ਜਿਹੜਾ ਅਸੀਂ ਆਪਾਂ ਗੱਲਾਂ ਸੀ ਦੀਪ ਬਾਈ, ਜੇ ਇੰਨੇ ਪੈਸੇ ਬਣਦੇ ਆ ਜਾਂ ਟਰੈਕਿੰਗ 'ਚੋਂ ਲੈ ਕੇ ਜਾਂ ਹੋਰ ਗਲੋਬਲ ਦਾ ਕੰਮ, ਹਾਂਜੀ, ਕੋਈ ਨਹੀਂ ਦੱਸਦਾ, ਨਾਲੇ ਕਰੀ ਜਾਂਦੇ ਨਾਲੇ ਦੱਸਦੇ ਨਹੀਂ, ਰੀਅਲ ਸਟੇਟ ਹੋ ਗਿਆ ਜਾਂ ਹੋਰ ਕੰਮ ਹੋ ਗਿਆ। ਤੁਹਾਨੂੰ ਮੈਂ ਗਲੋਬਲ ਦੀ ਗੱਲ ਦੱਸ ਦਿੰਦਾ, ਜਦੋਂ ਮੈਂ ਇੱਥੇ ਮੂਵ ਹੋਇਆ, ਕਿਉਂਕਿ ਮੇਰਾ ਗਲੋਬਲ ਦਾ ਬਿਜ਼ਨਸ ਸੀ, ਹੈ ਨਾ, ਅਤੇ ਮੈਂ ਕੈਲੇਡਨ 'ਚ ਸਿਸਟਰ ਕੋਲ ਰਹਿੰਦਾ ਸੀ ਅਤੇ ਮੈਂ ਆਉਂਦਾ ਸੀ ਰਾਸਤੇ 'ਚ, ਨਾ ਕੋਈ ਇੱਕ ਘਰ ਹੈ ਉਹਨਾਂ ਕੋਲ ਗਲੋਬਲ ਦੇ ਟਰੱਕ ਨੇ 5-6, ਹੈ ਨਾ, ਅਤੇ ਮੈਂ ਉਹਨਾਂ ਕੋਲ ਖੜ ਗਿਆ ਦੇਖ ਕੇ ਟਰੱਕ, ਉਹ ਤੇਲ ਚੇਂਜ ਕਰੀ ਜਾਂਦੇ ਸੀ ਟਰੱਕ ਦਾ, ਮੈਂ ਉਹਨਾਂ ਨਾਲ ਗੱਲਾਂ ਲੱਗ ਗਿਆ ਮਾਰਨ, ਮੈਂ ਕਿਹਾ ਵੀ ਕਿਵੇਂ ਕੰਮ ਹੈ ਇੱਥੇ, ਕਹਿੰਦਾ ਵੀ ਬਹੁਤ ਵਧੀਆ, ਮੈਨੂੰ ਪਹਿਲਾਂ ਤਾਂ ਦੱਸੀ ਗਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਸਰ ਜੇ ਮੈਂ ਇੱਥੇ ਵੀ ਗਰੈਵਲ ਦਾ ਟਰੱਕ ਪਾਉਣਾ ਹੋਵੇ ਵੀ ਕੰਮ ਕਿਵੇਂ ਆ। ਉਹ ਬੰਦਾ ਮੈਨੂੰ ਕਹਿੰਦਾ ਯਾਰ ਮੇਰੀ ਗੱਲ ਸੁਣ, ਤੂੰ ਕਹਿੰਦਾ ਟਰੱਕ ਪਾਏਗਾ ਇਹਦਾ $300 ਦਾ ਤੇਲ ਲੱਗ ਜਾਂਦਾ ਰੋਜ਼ ਦਾ, ਹੈ ਨਾ, ਇਹਦੀ ਟੁੱਟ ਭੱਜ, ਹਾਂ ਟੁੱਟ ਭੱਜ ਇੰਨੀ ਹੋ ਜਾਂਦੀ ਆ, ਤੈਨੂੰ ਕੁਛ ਨਹੀਂ ਬਚਣਾ। ਮੈਂ ਕਿਹਾ ਜੀ ਫਿਰ ਮੈਂ ਕੀ ਕਰਾਂ, ਮੈਂ ਕਿਹਾ ਲਾਇਸੈਂਸ ਤਾਂ ਮੇਰੇ ਕੋਲ ਹੈਗਾ, ਉਹਨੂੰ ਮੈਂ ਦੱਸਿਆ ਨਹੀਂਗਾ ਵੀ ਮੇਰੇ ਕੋਲ ਆਪਦੇ ਟਰੱਕ ਹੈਗੇ ਨੇ, ਹੈ ਨਾ। ਮੈਨੂੰ ਕਹਿੰਦਾ ਤੂੰ ਇੱਕ ਕੰਮ ਕਰ, ਕਹਿੰਦਾ ਸਾਡੇ ਕੋਲ ਇੱਕ ਟਰੱਕ ਖੜਾ ਵੀ ਚਲਾਉਣ ਲੱਗ ਜਾ, ਤੈਨੂੰ $6,650 ਤੈਨੂੰ, ਮੈਂ ਕਹਿੰਦਾ $27 ਦੇ ਦਿਆ ਕਰੂੰ ਘੰਟੇ ਦੇ, ਅਤੇ ਤੂੰ ਚਲਾਉਣ ਲੱਗ ਜਾ ਟਰੱਕ। ਅਤੇ ਮੈਂ ਕਿਹਾ ਠੀਕ ਹੈ ਜੀ, ਬਹੁਤ ਵਧੀਆ ਗੱਲ ਆ, ਹੈ ਨਾ। ਚਲੋ ਜੀ ਬਾਈ, ਕੋਈ ਗੱਲ ਨਹੀਂ, ਫਿਰ ਬਾਈ ਦੀਪ ਨਾਲ ਹੋਰ ਗੱਲਾਂ ਕਰਾਂਗੇ, ਬਹੁਤ ਗੱਲਾਂ ਪਈਆਂ ਨੇ ਨਾ। ਪਰ ਕੋਈ ਨਹੀਂ, ਕੁਛ ਦੱਸਦਾ ਹੁੰਦਾ ਬਸ ਯਾਰ, ਜੇ ਤੁਹਾਨੂੰ ਵਧੀਆ ਲੱਗਦਾ ਕਰੀ ਸਬਸਕ੍ਰਾਈਬ ਕਰ ਲਿਓ, ਬਾਕੀ ਮਰਜ਼ੀ ਵੀਡੀਓ ਤਾਂ ਆਉਂਦੀ ਰਹਿਣੀ ਆ, ਹੋਰ ਬਥੇਰਾ ਕੋਈ ਦੱਸਣਾ ਤੁਹਾਨੂੰ, ਅਜੇ ਗਰੋਸਰੀ ਵਾਲੀ ਸਟੋਰ ਵਾਲੀ ਜਾਂ ਹੋਰ, ਉਹ ਵੀ ਵੀਡੀਓ ਆਊਗੀ, ਹੈ ਨਾ, ਰਹੀ ਜਾਂਦੀਆਂ ਨੇ, ਟਾਈਮ ਨਹੀਂ ਲੱਗਦਾ ਮੈਨੂੰ ਵੀ, ਬਾਈ ਕੋਲ ਵੀ ਟਾਈਮ ਨਹੀਂ ਹੁੰਦਾ। ਚਲੋ ਜੀ, ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਦੱਸਿਓ ਕਿਵੇਂ ਦੀ ਲੱਗੀ। ਸਤਿ ਸ਼੍ਰੀ ਅਕਾਲ ਜੀ। ਓਕੇ, ਸਤਿ ਸ਼੍ਰੀ ਅਕਾਲ, ਚੰਗਾ ਬਾਈ ਦੀਪ।